एनआरआई देख रहे हो तुसी ते मैं तुहाडे नाल रंजना शर्मा। अक्सर देखिया जांदा है कि अज दे समय दे विच शरीर नू काफी ज्यादा बीमारियां दा सामना करना पैंदा है, उस दे पिछे कारण भी कुछ अजय हुंदे ने जिन्हां करके काफी वड्डियां बीमारियां लगदियां ने, लेकिन किते ए भी देखिया जांदा है कि लोकां नू ए नहीं पता हुंदा कि असी दवाई केड़ी लैणी है, किस डाक्टर दे कोलो दवाई लैणी है, ते इन्हां चक्करां दे विच कई वार प्राइवेट हॉस्पिटल्स दा शिकार हुंदे होए आम लोक नजर आउंदे ने। दवाइयां इफेक्ट इस तरीके नाल करदियां ने कि दवाइयां खाण तों बाद भी कई वार जिहड़ा शरीर नू होर ज्यादा प्रॉब्लम्स हुंदियां ने, बीमारियां लगदियां ने। सो अज तुहानू इक अजिहे वैद को लैके आए हां, वैद गुरमेल सिंह कोल, जिन्हां दे वल्लों पूरे तरीके नाल इलाज किया जाता है हर एक बीमारी का, लेकिन ये इलाज जिहड़ा किया जाता है बड़े ही चंगे ढंग दे नाल आयुर्वेदिक ढंग दे नाल किया जाता है। सो गलबात करांगे ते तुहानूं कई बीमारियां दी जानकारी भी देवांगे कि किस तरीके नाल तुसीं वड्डियां बीमारियां कुछ दिनों दे विच ही आयुर्वेदिक ढंग दे नाल बिना किसी साइड इफेक्ट्स नाल ठीक करवा सकते हो। सो सर, पहला सवाल मेरे तो ये है तुहाडे वास्ते कि अक्सर देखा जाता है कि आज दे समय दे विच शरीर नूं बहुत रोग लगते हैं, कि ये जिन्ने भी रोग होंगे ने आयुर्वेदिक ढंग दे नाल ठीक किए जा सकते हैं। वाहिगुरु जी का खालसा, श्री वाहिगुरु जी की फतेह जी। दरअसल जो आयुर्वेद है ना, वात पित्त कफ ते खड़ा। अज शायद सानू नहीं पता गा भी वात की है, पित्त की है, कफ की है, तो इलाज की होना। जां असीं अपनी दौड़ दे विच अपनी मर्जी दे नाल कदे दाल चीनी, कदे लैची, कदे लौंग, आपदी मर्जी दे नाल असीं लैंदे रहिंदे हां, उहदे नाल साडी जिहड़ी प्रकृति है चेंज हो जाती है। ਜਦੋਂ ਹੀ ਪ੍ਰਕਿਰਤੀ ਚੇਂਜ ਹੁੰਦੀ ਹੈ, ਤੇਜ਼ਾਬ, ਗੈਸ, ਯੂਰਿਕ ਐਸਿਡ, ਮਤਲਬ ਅਜਿਹੀਆਂ ਬਿਮਾਰੀਆਂ ਆਉਂਦੀਆਂ ਮੇਨ ਚੱਲਦੀਆਂ ਲਿਵਰ ਦੇ, ਲਿਵਰ ਤੋਂ, ਪਾਚਨ ਤੰਤਰ ਤੋਂ। ਔਰ ਆਯੁਰਵੇਦ ਦਾ ਜਿਹੜਾ ਤਰੀਕਾ ਉਹ ਬਾਤ ਪਿੱਤ ਕਫ ਨਾਲ ਚੱਲਦਾ। ਅਸੀਂ ਜਿਹੜਾ ਇਲਾਜ ਕਰਦੇ ਹਾਂ, ਨਬਜ਼ ਵੇਖ ਕੇ ਇਲਾਜ ਕਰਦੇ ਹਾਂ ਖਾਲੀ ਪੇਟ, ਫਿਰ ਉਹਦਾ ਪਤਾ ਲੱਗਦਾ ਵੀ ਇਹਨੂੰ ਬਾਤ ਆ, ਪਿੱਤ ਆ, ਕਫ ਆ, ਉਹਦਾ ਭੋਜਨ ਕਿੱਦਾਂ ਕਰਨਾ, ਉਹਦੀ ਖੁਰਾਕ ਕਿੱਦਾਂ ਕਰਨੀ ਆ, ਉਹਦਾ ਜਿਹੜਾ ਲਿਮਿਟ ਆ ਉਹਦੀ ਦਲੀਏ ਦੀ, ਖਿਚੜੀ ਦੀ, ਸਲਾਦ ਦੀ, ਫਰੂਟ ਦੀ, ਉਹ ਜਿਹੜੀ ਡਾਇਟ ਉਹਦੀ ਬਦਲ ਕੇ ਇਲਾਜ ਕਰਵਾਇਆ ਜਾਂਦਾ। ਸਰੀਰ ਦੀ ਆਪਾਂ ਗੱਲ ਕਰ ਰਹੇ ਹਾਂ, ਸਰੀਰ ਨੂੰ ਬਿਮਾਰੀਆਂ ਹੁੰਦੇ ਨੇ, ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਸਰਵਾਈਕਲ ਹਰ ਕਿਸੇ ਨੂੰ ਦੇਖਣ ਨੂੰ ਮਿਲਦਾ ਹੈ, ਕਿਉਂਕਿ ਹਰ ਕੋਈ ਜੋਬ ਪਰਸਨ ਹੁੰਦਾ ਹੈ, ਸਿਟਿੰਗ ਜੋਬ ਹੁੰਦੀ ਹੈ, ਕੰਪਿਊਟਰ ਅੱਗੇ ਬੈਠਦਾ, ਜਾਂ ਫਿਰ ਇਹਨਾਂ ਬੱਚਿਆਂ ਦੀ ਵੀ ਆਪਾਂ ਗੱਲ ਕਰੀਏ, ਸਕੂਲ ਜਾਂਦੇ ਨੇ, ਪੜ੍ਹਦੇ ਨੇ, ਗਰਦਨ ਝੁਕਦੀ ਹੈ, ਤਾਂ ਇਹਨਾਂ ਚੀਜ਼ਾਂ 'ਤੇ ਦਰਦ ਹੁੰਦਾ ਹੈ, ਕਿ ਸਰਵਾਈਕਲ ਦਾ ਵੀ ਇਲਾਜ ਹੈ ਆਪਣੇ ਕੋਲ ਆਯੁਰਵੈਦਿਕ ਤਰੀਕੇ 'ਚ? ਆਯੁਰਵੇਦ ਦੇ ਵਿੱਚ ਬੀਬੀ ਹਰ ਇੱਕ ਇਲਾਜ ਸੰਭਵ ਹੈ। ਜਦੋਂ ਤੋਂ ਪਰਮੇਸ਼ਰ ਨੇ ਦੁਨੀਆ ਸਾਜੀ ਹੈ, ਉਸ ਟਾਈਮ ਤੋਂ ਬੂਟੀ ਦਾ ਗਿਆਨ ਮਨੁੱਖ ਨੂੰ ਦੇਤਾ, ਉਹ ਪੀੜ੍ਹੀ ਦਰ ਪੀੜ੍ਹੀ ਲੋਕ ਲੈ ਕੇ ਗਾਂਧੀਆਂ ਸ਼ੇਅਰ ਕਰਦੇ ਰਹਿੰਦੇ, ਜਿਵੇਂ ਅੱਜ ਆਪਾਂ ਫੇਸਬੁੱਕ 'ਤੇ ਸ਼ੇਅਰ ਕਰਦੇ ਹਾਂ, ਇੱਦਾਂ ਮਨੁੱਖ ਅੱਗੇ ਸ਼ੇਅਰ ਕਰਦੇ ਸੀ ਬੋਲ ਕੇ ਇੱਕ ਦੂਜੇ ਨੂੰ ਜਾਂ ਲਿਖ ਕੇ। ਹੁਣ ਉਹੀ ਪੱਧਤੀ ਚੱਲੀ ਤੁਰੀ ਆਉਂਦੀ ਹੈ ਜਿਉਂ ਮਨੁੱਖ ਪੈਦਾ ਹੋਇਆ। ਜਿਹੜਾ ਸਰਵਾਈਕਲ ਰੋਗ ਆ, ਇਹ ਇੱਕ ਇੱਕ ਕਾਰਨ ਨਾਲ ਨਹੀਂ ਹੁੰਦਾ, ਕਈ ਵਾਰ ਯੂਰਿਕ ਐਸਿਡ ਦੀ ਵਜ੍ਹਾ ਕਰਕੇ, ਕਈ ਵਾਰ ਖੂਨ ਦੇ ਗਾੜਾ ਪਾਉਣ ਦੀ ਵਜ੍ਹਾ ਕਰਕੇ, ਕਈ ਵਾਰ ਕੀ ਹੁੰਦਾ ਬਲੋਕਜ ਹੋ ਗਈ ਆ, ਕਈ ਵਾਰ ਕੀ ਹੁੰਦਾ ਪੇਟ ਦੇ ਵਿੱਚ ਲਿਵਰ ਫੈਟੀ ਹੋ ਗਿਆ, ਲਿਵਰ ਦੀ ਵਜ੍ਹਾ ਕਰਕੇ ਬਹੁਤ ਸਾਰੇ ਡਿਸਆਰਡਰ ਆਉਂਦੇ ਆ। ਮਤਲਬ ਇਹ ਬਾਤ ਰਕਤ ਜਾਂ ਬਾਤ ਦੀ ਪ੍ਰੋਬਲਮ ਹੋ ਗਈ, ਮਤਲਬ ਕਈ ਰੋਗਾਂ 'ਚ ਆਉਂਦਾ। ਆਯੁਰਵੇਦ ਦੇ ਵਿੱਚ ਸਰਵਾਈਕਲ ਦਾ ਵੀ ਜਾਂ ਰੀੜ੍ਹ ਦੀ ਹੱਡੀ ਦਾ ਸਾਰੇ ਦੇ ਇਲਾਜ ਹੈਗਾ, ਜੋ ਕਿ ਕਿਸੇ ਤਰ੍ਹਾਂ ਦੀ ਬਲੋਕਜ ਹੈਗੀ ਆ। ਕੁਦਰਤੀ ਸੱਟ ਫੇਟ ਨਾ ਲੱਗੀ ਹੋਵੇ, ਉਹ ਪ੍ਰੋਪਰ ਪਤੇ ਲੱਗੂਗਾ ਉਹਨੂੰ ਦੇਖੇ ਤੋਂ ਬਿਨਾਂ, ਪਰ ਜੇ ਪੇਸ਼ੈਂਟ ਸਾਹਮਣੇ ਫਿਰ ਉਹਦਾ ਹੱਲ ਪ੍ਰੋਪਰ ਹੈਗਾ ਸਰਵਾਈਕਲ ਦਾ ਵੀ, ਬੱਚਿਆਂ ਦਾ ਵੀ, ਜੋ ਦਿੱਕਤ ਬੱਚਿਆਂ ਦੀ ਹੈ। ਸਰਵਾਈਕਲ ਦੇ ਨਾਲ ਨਾਲ ਇਹ ਵੀ ਚੀਜ਼ ਦੇਖੀ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਜੇਕਰ ਸਰਵਾਈਕਲ ਹੈ ਤਾਂ ਮਾਈਗ੍ਰੇਨ ਦੀ ਵੀ ਪ੍ਰੋਬਲਮ ਕਿਤੇ ਨਾ ਕਿਤੇ ਹੋਣੀ ਹੋਣੀ ਹੈ, ਕਿਉਂਕਿ ਜਿਸ ਤਰੀਕੇ ਨਾਲ ਆਪਣਾ ਅੱਧਾ ਸਰੀਰ, ਅੱਧਾ ਗਰਦਨ ਤੋਂ ਇਲਾਵਾ ਆਪਣਾ ਅੱਧਾ ਸਿਰ ਦੁਖਦਾ ਹੁੰਦਾ, ਤਾਂ ਮਾਈਗ੍ਰੇਨ ਦੀ ਪ੍ਰੋਬਲਮ ਦੱਸੀ ਜਾਂਦੀ ਹੈ। ਲੇਕਿਨ ਵੱਡੇ ਹਸਪਤਾਲਾਂ ਵਿੱਚ ਇਹਨਾਂ ਚੀਜ਼ਾਂ ਨੂੰ ਬਹੁਤ ਵੱਡਾ ਇੱਕ ਹਊਆ ਵੀ ਬਣਾ ਲਿਆ ਜਾਂਦਾ, ਤਾਂ ਦਰਦ ਤਾਂ ਚਲੋ ਕਿਤੇ ਨਾ ਕਿਤੇ ਜ਼ਿਆਦਾ ਹੁੰਦੀ ਹੈ, ਲੇਕਿਨ ਇਹ ਦਰਦ ਜਿਹੜੀ ਇੱਕ ਤੰਗ ਕਰਦੀ, ਉਹ ਤੋਂ ਦਵਾਈਆਂ ਦਾ ਢੇਰ ਜਿਹੜਾ ਆਮ ਲੋਕਾਂ ਨੂੰ ਖਾਣਾ ਪੈਂਦਾ, ਉਸ ਤੋਂ ਬਾਅਦ ਉਹ ਦਵਾਈਆਂ ਕਿੱਥੇ ਇਫੈਕਟ ਕਰਨਗੀਆਂ, ਕਿ ਮਾਈਗ੍ਰੇਨ ਵੀ ਜਿਹੜੀ ਆਪਣੀ ਉਹ ਆਯੁਰਵੈਦਿਕ ਤਰੀਕੇ ਦੇ ਨਾਲ ਕਰ ਸਕਦੀ ਹੈ ਠੀਕ, ਜਾਂ ਫਿਰ ਇਕੱਲਾ ਸਰਵਾਈਕਲ ਹੀ ਹੁੰਦਾ ਹੈ ਠੀਕ? ਨਹੀਂ ਜੀ, ਨਹੀਂ ਨਹੀਂ, ਆਯੁਰਵੇਦ ਦੇ ਵਿੱਚ ਮਾਈਗ੍ਰੇਨ ਜਾਂ ਸਰਵਾਈਕਲ ਇਹ ਦੋਨੇ ਪੇਟ ਨਾਲ ਜੁੜੇ ਵਿਸ਼ੇ ਆ। ਕਈ ਵਾਰ ਅੱਜ ਕੱਲ੍ਹ ਦਾ ਜਿਹੜਾ ਜੀਵਨ ਆ, ਜਿਵੇਂ ਖਾਸ ਕਰਕੇ ਆਪਾਂ ਸਿਟਿੰਗ ਜੋਬ ਕਰਦੇ ਹਾਂ, 8 ਘੰਟੇ, 4 ਘੰਟੇ, 10 ਘੰਟੇ, 12 ਘੰਟੇ, ਪੇਟ ਸਾਡਾ ਸਾਫ਼ ਨਹੀਂ ਹੁੰਦਾ, ਪੇਟ 'ਚ ਗੈਸ ਬਣਦੇ ਆ, ਤੇਜ਼ਾਬ ਬਣਦਾ, ਐਸਿਡ ਬਣਦਾ, ਐਸਿਡਿਟੀ ਬਣਦੀ ਹੈ, ਕਿਉਂਕਿ ਮਾਈਗ੍ਰੇਨ ਔਰ ਸਰਵਾਈਕਲ ਦਾ ਜਿਹੜਾ ਸੰਬੰਧ ਹੈ ਪੇਟ ਨਾਲ ਆ। ਹੁਣ ਪੇਟ ਸਾਨੂੰ ਸਹੀ ਰੱਖਣਾ ਪੈਣਾ, ਦਲੀਆ ਵਧਾਓ, ਖਿਚੜੀ ਵਧਾਓ, ਸਲਾਦ ਵਧਾਓ, ਫਰੂਟ ਵਧਾਓ, ਗੁਲਕੰਦ ਵਧਾਓ, ਆਮਲਾ ਵਧਾਓ, ਅਜਿਹੀਆਂ ਚੀਜ਼ਾਂ ਬਹੁਤ ਖਾਣ ਵਾਲੀਆਂ। ਫਰਿੱਜ ਦੇ ਭੋਜਨ ਤੋਂ ਦੂਰ ਰਹੋ, ਗਰਮ ਪਾਣੀ ਤੋਂ ਦੂਰ ਰਹੋ, ਜਾਂ ਠੰਡੇ ਤੱਤੇ ਦਾ ਪਰਹੇਜ਼ ਰੱਖੋ, ਜਿਵੇਂ ਵਿਆਹਾਂ ਦੇ ਵਿੱਚ ਆਈਸਕ੍ਰੀਮਾਂ, ਮਤਲਬ ਬੇਲੋੜੇ ਪਦਾਰਥ ਜਿਹੜੇ ਅਸੀਂ ਡਸਟਬਿਨ ਬਣਾ ਲਿਆ, ਸਰੀਰ ਨੂੰ ਸਿੱਧੀ ਤੁਰੇ ਜਾਂਦੇ ਹਾਂ, ਅਤੇ ਫਿਰ ਕਈ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ, ਫਿਰ ਰੋਗ ਇੱਦਾਂ ਸਰੀਰ ਨੂੰ ਨੱਪ ਲੈਂਦਾ ਵੀ ਕਈ ਡਾਕਟਰਾਂ ਤੋਂ ਬਾਅਦ ਵੀ ਕਿਤੇ ਪ੍ਰੋਪਰ ਹੱਲ ਨਹੀਂ ਮਿਲਦਾ ਗਾ। ਉਹ ਤੋਂ ਬਿਹਤਰ ਆ ਵੀ ਪਹਿਲਾਂ ਅਸੀਂ ਆਪਣੀ ਡਾਇਟ ਸੁਧਾਰੀਏ, ਅਸੀਂ ਭੋਜਨ ਸੁਧਾਰੀਏ, ਦਿਨੇ ਅਸੀਂ ਕੀ ਖਾਂਦੇ ਹਾਂ, ਰਾਤ ਨੂੰ ਅਸੀਂ ਕੀ ਖਾਂਦੇ ਹਾਂ। ਆਯੁਰਵੇਦ ਦੇ ਵਿੱਚ ਚਾਹੇ ਮਾਈਗ੍ਰੇਨ ਚਾਹੇ ਸਰਵਾਈਕਲ ਹੱਲ ਹੈਗਾ, ਪਰ ਜਦੋਂ ਪੇਸ਼ੈਂਟ ਵਿਗੜ ਜਾਂਦਾ, ਹੁਣ ਆਯੁਰਵੇਦ ਦੇ ਵਿੱਚ ਅੱਜ ਰੌਲਾ ਦਿੱਕਤ ਕਿੱਥੇ ਪੈਂਦੀ ਹੈ, ਪਹਿਲਾਂ ਜੇ ਕੋਈ ਪੇਸ਼ੈਂਟ ਕਿਸੇ ਨੂੰ ਬੁਖਾਰ ਹੋ ਗਿਆ, ਪਹਿਲਾਂ ਉਹਨੇ ਫੋਰ ਐਗਜ਼ਾਮਪਲ ਕਰਨਾ ਕੀ ਹੈ, ਭਰੇ ਆਪਣੀ ਡੋਲੋ ਜਾਂ ਜੋ ਸਾਲਟ ਉਹ ਲੈਂਦਾ, ਫਿਰ ਉਸ ਤੋਂ ਬਾਅਦ ਨਹੀਂ ਗੱਲ ਬਣਦੀ, ਦੂਜੇ ਤੀਜੇ ਦਿਨ ਫਿਰ ਜਾ ਕੇ ਡਾਕਟਰ ਦੇ ਸੈੱਲ ਵਗੈਰਾ ਚੈੱਕ ਕਰਾਉਂਦੇ ਆ, ਸੈੱਲਾਂ ਤੋਂ ਬਾਅਦ ਫਿਰ ਜਾ ਕੇ ਕਿਤੇ ਹੋਸਪਿਟਲ ਦੇ ਵਿੱਚ ਐਡਮਿਟ ਹੋਣਾ ਪੈ ਗਿਆ, ਫਿਰ ਕਿਤੇ ਹੋਸਪਿਟਲ ਤੋਂ ਬਾਅਦ ਵਾਰੀ ਆਉਂਦੀ ਹੈ, ਹੁਣ ਕਹਿੰਦੇ ਕਿਸੇ ਵੈਦ ਨਾਲ ਸੰਪਰਕ ਕਰੀਏ,
ਜਦ ਕਿ ਇਮਿਊਨਿਟੀ ਉਹਦੀ ਇੰਨੀ ਕੁ ਲੋਅ ਹੋ ਗਈ ਆ ਰੋਗ ਪ੍ਰਤੀਰੋਧਕ ਸ਼ਮਤਾ, ਚਾਹੇ ਉਹ ਦਵਾਈ ਦੀ ਵਜ੍ਹਾ ਕਰਕੇ, ਚਾਹੇ ਉਹਦੇ ਨਾ ਪਰਹੇਜ਼ ਕਰਕੇ, ਚਾਹੇ ਉਹਦੇ ਰੋਜ਼ਮਰ੍ਹਾ ਦੇ ਜ਼ਿੰਦਗੀ ਦੇ ਹਿਸਾਬ ਕਿਤਾਬ ਕਰਕੇ, ਪਰ ਅਸਲ ਦੇ ਵਿੱਚ ਕੀ ਆ, ਅਸੀਂ ਪਹੁੰਚਦੀ ਉਦੋਂ ਜਦੋਂ ਕਾਫੀ ਲੇਟ ਹੋ ਜਾਂਦੇ ਹਾਂ, ਉਦੋਂ ਥੋੜ੍ਹਾ ਸਮਾਂ ਲੱਗਦਾ, ਬਸ ਹੱਲ ਹੈ ਉਦੋਂ ਵੀ ਹੈਗਾ, ਇਹ ਨਹੀਂ ਗੱਲ ਹੱਲ ਹੈਗਾ, ਪਰ ਅਸਲ ਦੇ ਵਿੱਚ ਇਹ ਆ ਵੀ ਦਵਾਈਆਂ ਜੀਵਨ ਨਹੀਂ ਹੈ, ਭੋਜਨ ਜੀਵਨ ਆ। ਅਸੀਂ ਕੀ ਕਰ ਲਿਆ, ਅਸੀਂ ਦਵਾਈਆਂ ਜੀਵਨ ਲੱਭ ਲਿਆ ਵੀ ਹਾਂ ਚੰਗੇ ਚੰਗੇ ਹੋਸਪਿਟਲ ਹੈਗੇ ਆ, ਚਲੋ ਜੀ ਡਾਕਟਰ ਹੈਗਾ ਚੰਗਾ ਚੰਗਾ, ਭੋਜਨ ਸਾਡਾ ਉਹੀ ਆ, ਅਸੀਂ ਨਾ ਕੋਈ ਦੇਖਣਾ ਦਿਨ ਕੀ ਆ ਰਾਤ ਕੀ ਆ, ਸਵੇਰੇ ਉੱਠਣਾ ਕਿੰਨੇ ਵਜੇ, ਰਾਤ ਨੂੰ ਸੌਣਾ 2 ਵਜੇ, ਅਤੇ ਜੀਵਨ ਦਾ ਬਣਨਾ ਕੀ ਆ, ਡਸਟਬਿਨ ਬਣਾਇਆ ਹੋਇਆ ਚੱਲੀ ਜਾਂਦਾ, ਬਸ ਇਹ ਤੋਂ ਥੋੜ੍ਹਾ ਜਿਹਾ ਬਚਣਾ ਪੈਣਾ। ਯਾਨੀ ਕਿ ਤੁਹਾਡੇ ਅਨੁਸਾਰ ਕਹਿਣ ਦਾ ਤੁਹਾਡਾ ਭਾਵ ਇਹ ਹੈ ਕਿ ਬਿਮਾਰੀਆਂ ਹੁੰਦੀਆਂ ਇਹ ਲੱਗਦੀਆਂ ਸਰੀਰ ਨੂੰ, ਲੇਕਿਨ ਸਾਨੂੰ ਪਹਿਲਾਂ ਆਪਣਾ ਖਾਣਾ ਪੀਣਾ ਜਿਹੜਾ ਪਰ ਰੋਜ਼ਾਨਾ ਚੀਜ਼ਾਂ ਆਪਾਂ ਸੇਵਨ ਕਰਦੇ ਹਾਂ, ਆਪਾਂ ਨੂੰ ਉਹ ਠੀਕ ਕਰਨਾ ਪੈਣਾ ਹੈ। ਬਿਲਕੁਲ ਜੀ, ਦੇਖੋ ਜੇ ਦੇਖੋ ਜੇ ਹੁਣ ਅੱਜ ਦਵਾਈਆਂ ਨਾਲ ਜੀਵਨ ਠੀਕ ਹੁੰਦਾ ਹੁੰਦਾ ਇਕੱਲੀਆਂ ਨਾ, ਤਾਂ ਫਿਰ ਮੇਰੇ ਹਿਸਾਬ ਨਾਲ ਤਾਂ ਹੋਸਪਿਟਲ ਚੱਲ ਕੇ ਜਾਂ ਦੁਕਾਨਾਂ ਚੱਲ ਕੇ ਬੰਦ ਹੋ ਜਾਂਦੀਆਂ, ਪਰ ਨਹੀਂ, ਕਿਉਂਕਿ ਭੋਜਨ ਜੀਵਨ ਆ, ਭੋਜਨ ਸੁਧਾਰਨਾ ਪੈਣਾ। ਹੁਣ ਵਿਆਹਾਂ ਦੇ ਵਿੱਚ ਆ ਸਰਦੀਆਂ ਲੰਘ ਕੇ ਗਈਆਂ, ਹੁਣ ਪਹਿਲੀ ਗੱਲ ਤਾਂ ਹੁਣ ਤਾਂ ਗਰਮੀ ਸਰਦੀ ਇੱਕੋ ਹੀ ਹਾਲ ਆ, ਹੁਣ ਮੈਰਿਜ ਪੈਲਸ ਹੁਣ ਵੀ ਫੁੱਲ ਹੀ ਰਹਿੰਦੇ ਗਰਮੀਆਂ 'ਚ, ਕੋਈ ਬਾਹਲਾ ਫਰਕ ਨਹੀਂ ਹੈ, ਪਰ ਉਹ ਸਾਰਾ ਅਸਰ ਕਿਹਦੇ ਪੈਂਦਾ, ਜਿਹਨੂੰ ਤੇਜ਼ਾਬ ਬਣਦਾ, ਗੈਸ ਬਣਦਾ, ਐਸਿਡਿਟੀ ਬਣਦੀ ਹੈ, ਉਹਨਾਂ ਦਾ ਭੋਜਨ ਡਬਲ ਵਿਗਾੜਿਆ ਪਿਆ। ਹੋ ਜਿਨ੍ਹਾਂ ਦੀ ਪ੍ਰੋਬਲਮ ਆ ਭੋਜਨ ਵੀ ਵਿਗਾੜ ਲੈਂਦੇ, ਅਤੇ ਫਿਰ ਦਿੱਕਤ ਵੱਧਦੀ ਹੈ, ਯੂਰਿਕ ਐਸਿਡ ਆ, ਖੂਨ ਗੜਾ ਏ, ਬਲੋਕੇਜ ਆ, ਲਿਵਰ ਫੈਟੀ, ਇਹ ਆਮ ਜੀ ਗੱਲਾਂ, ਇੱਥੋਂ ਰੋਗ ਵਿਗੜਦੇ ਵਿਗੜਦੇ ਫਿਰ ਕਰੋਨਿਕ ਹੋ ਜਾਂਦੇ ਆ, ਫਿਰ ਦਵਾਈਆਂ ਤਾਂ ਲੰਬੀਆਂ ਚੱਲਦੀਆਂ ਚੱਲਦੀਆਂ, ਅਤੇ ਸਰੀਰ ਦੇ ਵਿੱਚ ਰਹਿੰਦੀ ਵੀ ਜਾਨ ਹੈ, ਜਿਹੜਾ ਸਰੀਰ ਬੰਦਾ ਬੇਫਿਕਰ ਆਪਣਾ ਡਹਿਦਾ ਢਹਿੰਦਾ ਰਹਿੰਦਾ, ਵੀਕਨੈਸ ਹੁੰਦੀ ਆ। ਆਪਾਂ ਗੱਲ ਕਰ ਰਹੇ ਹਾਂ ਖਾਣ ਪੀਣ ਦੀ, ਕਿ ਖਾਣ ਪੀਣ ਦੇ ਉੱਪਰ ਜਿਹੜਾ ਆਪਾਂ ਨੂੰ ਧਿਆਨ ਦੇਣਾ ਚਾਹੀਦਾ, ਤਾਂ ਸ਼ੂਗਰ ਵੀ ਜਿਹੜੀ ਅੱਜ ਦੇ ਸਮੇਂ ਦੇਖੀ ਜਾ ਰਹੀ ਹੈ, ਹਰ ਇੱਕ ਨੂੰ ਸਮੱਸਿਆ ਰਹਿੰਦੀ ਹੈ ਸ਼ੂਗਰ ਦੀ, ਕਿਸ ਦੀ ਸ਼ੂਗਰ ਵੱਧ ਰਹੀ ਹੁੰਦੀ ਹੈ, ਘੱਟ ਰਹੀ ਹੁੰਦੀ ਹੈ, ਬਜ਼ੁਰਗਾਂ ਨੂੰ ਤਾਂ ਹੁੰਦੀ ਹੁੰਦੀ ਹੈ ਪ੍ਰੋਬਲਮ, ਲੇਕਿਨ ਅੱਜ ਕੱਲ੍ਹ ਇਹ ਚੀਜ਼ਾਂ ਜਿਹੜੀਆਂ ਆਮ ਸਾਡੇ ਵਰਗੇ ਆਪਾਂ ਕਹੀਏ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਕਿ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ, ਸੋ ਉਹਦਾ ਕਾਰਨ ਕੀ ਹੈ ਅਤੇ ਉਹਦਾ ਇਲਾਜ ਆਯੁਰਵੈਦਿਕ ਵਿੱਚ ਹੋ ਸਕਦਾ? ਇਹਦਾ ਕਾਰਨ ਤਾਂ ਆਪਾਂ ਆਪ ਹੀ ਸਮਝਦੇ ਹਾਂ, ਆਪਾਂ ਮਹਿਮਾਨ ਆਉਂਦਾ ਪਹਿਲਾਂ ਕੋਲਡ ਡਰਿੰਕ ਦੇ ਦਿੰਦੇ ਚੱਕ ਕੇ ਉਹਨੂੰ, ਲਓ ਜੀ ਭਾਈ ਉਹ 'ਚ ਮਿੱਠਾ, ਹੁਣ ਘਰੇ ਸ਼ਰਬਤ ਆ ਉਹਦੇ 'ਚ ਮਿੱਠਾ, ਫਿਰ ਘਰ ਦੇ ਵਿੱਚ ਚਾਹ ਚੱਕ ਲਈ ਚਾਹ ਦੇ ਨਾਲ ਮਿੱਠਾ, ਨਮਕੀਨ ਦੇ ਵਿੱਚ ਕੋਈ ਐਡ ਮਿੱਠੇ ਵਾਲੀ ਆਈਟਮ, ਫਿਰ ਮਿੱਠੇ ਤੋਂ ਬਾਅਦ ਆਈਸਕ੍ਰੀਮ ਚੱਕ ਲਈ, ਮਤਲਬ ਸਾਰਾ ਦਿਨ ਅਸੀਂ ਸਟੋਰ ਤਾਂ ਮਿੱਠਾ ਕਰਦੇ ਹਾਂ, ਸ਼ੂਗਰ ਕਰਦੇ ਹਾਂ, ਅਤੇ ਸ਼ੂਗਰ ਤੋਂ ਬਚਾਂਗੇ ਕਿੱਦਾਂ? ਕਰੇਲਾ ਕਹਿ ਦਿਓ ਕਿਸੇ ਨੂੰ ਪੀਣ ਨੂੰ, ਕੌਣ ਪੀਂਦਾ ਕਰੇਲੇ ਦੀ ਸਬਜ਼ੀ ਤੱਕ ਨਹੀਂ ਖਾਂਦੇ ਲੋਕ ਅੱਜ, ਅਤੇ ਫਿਰ ਕਿੱਦਾਂ? ਸ਼ੂਗਰ ਕੋਈ ਹੋਣਾ ਰੋਗ ਨਹੀਂ ਆ, ਸਰੀਰ ਦੇ ਵਿੱਚ ਕੜਵਾ ਰਸ ਘੱਟ ਜਾਂਦਾ, ਮਿੱਠੇ ਦਾ ਰਸ ਵੱਧ ਜਾਂਦਾ, ਉਹਨੂੰ ਸ਼ੂਗਰ ਕਿਹਾ ਜਾਂਦਾ, ਉਹਦੀ ਵਜ੍ਹਾ ਕਰਕੇ ਲੋਕਾਂ ਦੀ ਫਿਰ ਲੱਤਾਂ ਦੀਆਂ ਪਿੰਜਰੀਆਂ ਟੁੱਟਦੀਆਂ, ਬੀਪੀ ਲੋਅ ਹੋ ਜਾਂਦਾ, ਵਾਲ ਝੜਦੇ ਆ, ਨਜ਼ਰ ਕਮਜ਼ੋਰ ਹੁੰਦੀ ਆ, ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਜਿੰਨਾ ਚਿਰ ਅਸੀਂ ਆਪਣਾ ਭੋਜਨ ਨਹੀਂ ਬਦਲਦੇਗੇ। ਆਯੁਰਵੇਦ ਦੇ ਵਿੱਚ ਹਰ ਇੱਕ ਚੀਜ਼ ਦਾ ਹੱਲ ਹੈਗਾ, ਆਯੁਰਵੇਦ ਦੇ ਵਿੱਚ ਜਿਹੜੀ ਸ਼ੂਗਰ ਆ 18 ਤਰ੍ਹਾਂ ਦੀ ਮੰਨੀ ਜਾਂਦੀ ਆ, ਵਾਤ 'ਚ ਪਰਮੇ, ਪਿੱਤ 'ਚ ਪਰਮੇ, ਕਫ 'ਚ ਪਰਮੇ, ਹੁਣ ਅਸਲ ਦੇ ਵਿੱਚ ਅਸੀਂ ਸ਼ੂਗਰ ਲੈ ਕੇ ਆ ਗਏ ਹਾਂ, ਇੱਦਾਂ ਹੀ ਬੁਖਾਰ ਆ, ਬੁਖਾਰ ਆਯੁਰਵੇਦ ਦੇ ਵਿੱਚ 36 ਤਰ੍ਹਾਂ ਦਾ ਮੰਨਿਆ ਜਾਂਦਾ, ਵਾਤ ਦਾ, ਪਿੱਤ ਦਾ, ਕਫ ਦਾ, ਜਵਰ ਦਾ, ਦੰਦਿਸ਼ ਦਾ, ਤਰਦੋਸ਼ ਦਾ, ਅਤੇ ਜਾਂ ਆਪਾਂ ਨਾ ਕੀ ਕਿਹਾ ਵਿਸ਼ਮ ਜਵਰ ਜਿਹਨੂੰ ਕਰੋਨਾ ਕਹਿ ਕੇ ਹਟੇ ਹਾਂ, ਮਤਲਬ ਆਯੁਰਵੇਦ ਦਾ ਜਿਹੜਾ ਹਿਸਾਬ ਕਿਤਾਬ ਆ ਬਹੁਤ ਡੀਪਲੀ ਆ, ਅਸੀਂ ਡੀਪਲੀ ਜਾਂਦੇ ਨਹੀਂ, ਅਗਲਾ ਤੇਜ਼ਾਬ ਬਣ ਗਿਆ ਕੈਪਸੂਲ ਲਓ, ਬੀਪੀ ਵੱਧ ਗਿਆ ਗੋਲੀ ਲਓ, ਥਾਇਰਾਇਡ ਹੋ ਗਿਆ ਗੋਲੀ ਲਓ, ਕਿੰਨਾ ਟਾਈਮ, ਆਖਿਰਕਾਰ ਫਿਰ ਸਰੀਰ ਜਦੋਂ ਬਹਿ ਜਾਂਦਾ, ਫਿਰ ਆਪਾਂ ਚੇਤੇ ਕਰਦੇ ਹਾਂ ਵੀ ਹੁਣ ਤਾਂ ਬਸ, ਉਦੋਂ ਕੋਈ ਹੱਲ ਨਹੀਂ ਹੈ। ਅਸਲ 'ਚ ਪਹਿਲਾਂ ਅਸੀਂ ਸੁਚੇਤ ਹੋਈਏ, ਪਤਾ ਹਰ ਇੱਕ ਨੂੰ ਆ ਵੀ ਮੈਨੂੰ ਆਹ ਚੀਜ਼ ਹੋ ਰਹੀ ਆ, ਪਰ ਧੱਕੇ ਨਾਲ ਤੁਰੇ ਫਿਰਦੇ ਨੂੰ ਲੈ ਕੇ, ਤੁਰੇ ਫਿਰਦੇ ਲੈ ਕੇ ਉਹ ਤੋਂ ਬਚਣਾ ਪਊਗਾ, ਡਾਇਟ ਸੁਧਾਰਨੀ ਪੈਣੀ। ਮੈਂ ਨਹੀਂ ਕਹਿੰਦਾ, ਮੈਂ ਮੇਰੀ ਗੱਲ ਸਾਰੀ ਸੱਚ, ਉੱਪਰ ਆਪਾਂ ਨੂੰ ਕਿਤੇ ਨਾ ਕਿਤੇ ਪਤਾ ਵੀ ਆਹ ਚੀਜ਼ ਮੈਨੂੰ ਵਿਗਾੜ ਕਰਦੀ, ਨਾ ਖਾਈਏ, ਪਰ ਨਹੀਂ ਹਟਦੇ ਅਸੀਂ, ਉਹ ਚੀਜ਼ਾਂ ਸਾਨੂੰ ਥੋੜ੍ਹੀਆਂ ਅਵੋਇਡ ਕਰਨੀਆਂ ਪੈਣਗੀਆਂ। ਤੁਸੀਂ ਹੁਣ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਾਡੇ ਖਾਣ ਪੀਣ ਨੂੰ ਆਪਣਾ ਠੀਕ ਰੱਖਣਾ ਚਾਹੀਦਾ ਹੈ। ਸ਼ੂਗਰ ਦੀ ਗੱਲ ਕੀਤੀ ਤਾਂ ਤੁਸੀਂ ਮਿੱਠਾ ਕਿਹਾ, ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਠਾ ਖਾਂਦੇ ਹਾਂ, ਉਹਦੇ ਵਿੱਚ ਤੁਸੀਂ ਗੱਲ ਕੀਤੀ ਕਿ ਸਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਆਪਾਂ ਕਹਿੰਦੇ ਸਾਡੀ ਆਈਸੈਟ ਵੀਕ ਹੋ ਗਈ ਆ, ਅਤੇ ਇਹਦਾ ਵੀ ਕੀ ਕਾਰਨ ਹੁੰਦਾ? ਅਕਸਰ ਦੇਖਣ ਨੂੰ ਮਿਲਦਾ ਕਿ ਅੱਜ ਕੱਲ੍ਹ ਤਾਂ ਨਿੱਕੇ ਨਿੱਕੇ ਬੱਚਿਆਂ ਦੇ ਲੱਗੀਆਂ ਹੁੰਦੀਆਂ ਵਾ ਐਨਕਾਂ, ਲੇਕਿਨ ਕਈ ਇਹਨੂੰ ਜੈਨੇਟਿਕ ਵੀ ਕਹਿ ਦਿੰਦੇ ਆ ਕਿ ਪੇਰੈਂਟਸ ਦੇ ਲੱਗੀਆਂ ਵਾ ਤਾਂ ਅੱਗੇ ਬੱਚੇ ਦੇ ਲੱਗੀਆਂ ਵਾ, ਉਸ ਹਿਸਾਬ ਹੋ ਗਿਆ ਜੈਨੇਟਿਕ। ਜੇ ਤਾਂ ਜੈਨੇਟਿਕ ਹੀ ਦੇਖੋ, 20 ਸਾਲ ਬਾਅਦ ਬਿਮਾਰੀ ਆ ਗਈ, ਜੈਨੇਟਿਕ ਦਾ ਕੀ ਸੰਬੰਧ? ਨਹੀਂ ਇੱਦਾਂ ਹੁੰਦਾ ਨਾ, ਕਹਿੰਦੇ ਆ ਕਿ ਜੀ ਪੇਰੈਂਟਸ ਦੇ ਲੱਗੀਆਂ ਹੋਵੇ, ਜਦੋਂ ਮੰਮਾ ਦੇ ਲੱਗੀ, ਪਾਪਾ ਲੱਗੇ, ਅੱਗੇ ਕਿਸੇ ਬੱਚੇ ਦੇ ਵੀ ਲੱਗੇ, ਕਹਿਣਾ ਜੈਨੇਟਿਕ। ਆ ਫੋਨ ਆ, ਬੱਚੇ ਦੀ ਕਲਾਸਾਂ ਆਨਲਾਈਨ ਹੋ ਗਈਆਂ, ਬੱਚੇ ਘੰਟਾ ਵਧੀ ਆਪਣਾ ਪੀਰੀਅਡ ਛੱਡ ਕੇ ਅਤੇ ਲੱਗੇ ਰਹਿੰਦੇ ਆ ਗੇਮ 'ਤੇ। ਹੁਣ ਅੱਗੇ 1990 ਦੇ ਵਿੱਚ ਜਦੋਂ ਸ਼ਕਤੀਮਾਨ ਚੱਲਦਾ ਸੀ, ਟੀਵੀ ਆਉਂਦੇ ਸੀ, ਉਹਦੇ ਬੀਬੀਆਂ ਨੇ ਕਹਿੰਦਾ ਟੀਵੀ ਤੋਂ ਦੂਰ ਹੋ ਕੇ ਬੈਠੋ, ਨਜ਼ਰ ਖਿੱਚਦਾ, ਅਤੇ ਅੱਜ ਤੱਕ ਕਿੰਨੀ ਬ੍ਰਾਈਟਨੈਸ ਆ ਇਹਦੀ, ਕਿੰਨਾ ਚਾਨਣ ਆ, ਫਿਰ ਕਿੰਨਾ ਨੇੜੇ ਕਰਕੇ ਜਿਹੜੀ LED ਲੱਗੀ ਆ, ਹਰ ਇੱਕ ਘਰ ਦੇ ਵਿੱਚ 32 ਇੰਚੀ ਦਾ ਨੋਰਮਲ ਆ, ਹੁਣ ਉਹ ਸਾਰਾ ਨਜ਼ਰ ਕਿਹਦੇ ਪੈਣਾ? ਫਿਰ ਉਹਦੇ ਵਾਸਤੇ ਖਾਣਾ ਕੀ ਆ? ਬੱਚਿਆਂ ਦਾ ਨਜ਼ਰ ਕਮਜ਼ੋਰ ਹੋਣ ਦਾ ਕਾਰਨ ਆ, ਨਾ ਤਾਂ ਬੱਚੇ ਨੂੰ ਦਲੀਆ, ਨਾ ਖਿਚੜੀ, ਨਾ ਬੱਚੇ ਮੁਰੱਬਾ ਖਾਂਦੇ, ਨਾ ਬੱਚੇ ਗੁਲਕੰਦ ਖਾਂਦੇ, ਨਾ ਮੱਖਣੀ ਖਾਂਦੇ, ਨਾ ਮਲਾਈ ਖਾਂਦੇ, ਬੱਚੇ ਖਾਂਦੇ ਕੀ ਆ? ਮੈਗੀ, ਕੁਰਕਰੇ, ਲੇਸ,
ਅਤੇ ਮਾਪੇ ਖਾਂਦੇ ਨਹੀਂ, ਮਾਪੇ ਨਾ ਦਲੀਆ ਬਣਾਉਂਦੇ ਨਾ ਖਿਚੜੀ, ਮੱਸਿਆ ਪੁੰਨਿਆ 'ਤੇ ਲੋਕ ਬਣਾਉਂਦੇ, ਹੁਣ ਉਹ ਵੀ ਮੱਸਿਆ ਪੁੰਨਿਆ 'ਤੇ ਵੀ ਹਟ ਗਏ ਲੋਕ। ਮਤਲਬ ਡਾਇਟ ਬਦਲਣੀ ਪੈਣੀ ਹੈ, ਡਾਇਟ ਬਦਲਾਂਗੇ ਭੋਜਨ ਤਾਂ ਅਸੀਂ ਠੀਕ ਹੋ, ਸਰੀਰ ਤਾਂ ਠੀਕ ਹੋਣਾ। ਸਾਡਾ ਤਾਂ ਮਕਸਦ ਮੇਰਾ ਤਾਂ ਇਹੀ ਹੈ ਵੀ ਰੋਗ ਦੇਖਦੇ ਹਾਂ, ਉਹਦੀ ਨਬਜ਼ ਵੇਖਦੇ ਹਾਂ, ਉਹਦੇ ਮੁਤਾਬਕ ਉਹਦੀ ਡਾਇਟ ਸੈੱਟ ਕਰਦੇ ਹਾਂ। ਜੇ ਮੈਨੂੰ ਸਮਝ ਰੋਗ ਆਉਂਦਾ ਤਾਂ ਮੈਂ ਦਵਾਈ ਦਿੰਦਾ, ਨਹੀਂ ਮੈਨੂੰ ਜਵਾਬ ਦੇ ਦਿੰਦਾ, ਨਾ ਤਾਂ ਮੈਂ ਚਾਹੁੰਦਾ ਮੇਰਾ ਟਾਈਮ ਵੇਸਟ ਹੋਵੇ, ਨਾ ਮੈਂ ਉਹਦਾ ਚਾਹੁੰਦਾ, ਕਿਉਂਕਿ 2 ਪੈਸਿਆਂ ਦੀ ਖਾਤਰ ਮੈਨੂੰ ਕੀ ਹੱਕ ਨਹੀਂ ਕਿਸੇ ਨਾਲ ਖਿਲਵਾੜ ਕਰਨ ਦਾ। ਸੋ ਉਹ ਉੱਦਾਂ ਦਾ ਇਲਾਜ ਕਰਾਂਗੇ ਜੋ ਆਪਣੇ ਧਿਆਨ ਦੇ ਵਿੱਚ ਹੈਗਾ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਕਿਸੇ ਦੀ ਆਈਸੈਟ ਵੀਕ ਆ, ਨਜ਼ਰ ਕਮਜ਼ੋਰ ਆ, ਤਾਂ ਉਹਦੀ ਵੀ ਆਯੁਰਵੈਦਿਕ ਵਿੱਚ ਇਲਾਜ ਹੈਗਾ ਵਾ? ਬਿਲਕੁਲ ਜੀ ਬਿਲਕੁਲ, ਆਯੁਰਵੇਦ ਦੇ ਵਿੱਚ ਹਰ ਇੱਕ ਇਲਾਜ ਸੰਭਵ ਆ। ਜਦਕਿ ਮੈਂ ਕਹਿ ਰਿਹਾ ਪਹਿਲਾਂ ਇਲਾਜ ਹੀ ਆਯੁਰਵੇਦ ਵਿੱਚ ਹੁੰਦਾ ਸੀ, ਅੱਜ ਤੋਂ 400 ਸਾਲ ਪਹਿਲਾਂ, 500 ਸਾਲ ਪਹਿਲਾਂ ਐਲੋਪੈਥੀ ਆ ਗਈ, 300 ਸਾਲ ਪਹਿਲਾਂ, ਉਸ ਤੋਂ ਪਹਿਲਾਂ ਮਨੁੱਖ ਕਿਵੇਂ ਜਿੰਦੇ ਸੀ, ਉਸ ਟਾਈਮ ਵੀ ਭਾਰਤ ਦੀ ਆਬਾਦੀ ਕਿੰਨੀ ਸੀ ਔਰੰਗਜ਼ੇਬ ਵੇਲੇ, ਉਸ ਟਾਈਮ ਤਾਂ ਕਿਹੜੇ ਡਾਕਟਰ ਸੀ ਐਲੋਪੈਥੀ ਦੇ, ਉਸ ਤੋਂ ਪਹਿਲਾਂ ਹਮਾਇਉਂ ਵੇਲੇ ਕਿੰਨੇ ਸੀਗੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਕਿੰਨੇ, ਬਾਅਦ 'ਚ ਆਏ ਉਸ ਟਾਈਮ ਆਏ ਅੰਗਰੇਜ਼ਾਂ ਡਾਕਟਰ, ਉਦੋਂ ਪਹਿਲਾਂ ਤਾਂ ਮਨੁੱਖ ਜਿੰਦਾ ਹੀ ਨਹੀਂ ਸੀ ਜਿਵੇਂ। ਮਤਲਬ ਅੱਜ ਅਸੀਂ ਭੋਜਨ ਹੀ ਇੰਨਾ ਵਿਗਾੜ ਲਿਆ, ਡਾਕਟਰਾਂ ਦੋਸ਼ ਦੇਈ ਜਾਂਦੇ ਹਾਂ, ਭੋਜਨ ਸਹੀ ਕਰਨਾ ਪੈਣਾ ਤਾਂ ਜਾ ਕੇ ਕਿਤੇ ਨਾ ਕਿਤੇ ਗੱਲ ਬਣਨੀ ਹੈ। ਕਿਤੇ ਨਾ ਕਿਤੇ ਦਵਾਈਆਂ ਦੇ ਵੀ ਸਾਈਡ ਇਫੈਕਟ ਹੈਗੇ, ਜਿਹੜੀਆਂ ਬਿਨਾਂ ਲੋੜੀ ਨੂੰ ਅਸੀਂ ਮੈਡੀਕਲ ਤੋਂ ਲਿਆ ਲਿਆ ਕੇ ਆਪਣੀ ਮਰਜ਼ੀ ਨਾਲ ਖਾਈ ਜਾਂਦੇ, ਉਹਦਾ ਵੀ ਕਿਤੇ ਨਾ ਕਿਤੇ ਇਫੈਕਟ ਪੈਂਦਾ। ਅਤੇ ਆਪਾਂ ਦੇਖਦੇ ਹਾਂ ਜਿੱਦਾਂ ਹੁਣ ਗਰਮੀਆਂ ਸ਼ੁਰੂ ਹੋ ਰਹੀਆਂ ਵਾ, ਗਰਮੀਆਂ ਦੇ ਵਿੱਚ ਅਕਸਰ ਸਕਿਨ ਐਲਰਜੀ ਦੇਖੀ ਜਾਂਦੀ ਹੈ, ਚਮੜੇ ਦਾ ਰੋਗ ਦੇਖਿਆ ਜਾਂਦਾ ਹੈ ਨਾ ਕਾਫੀ ਜ਼ਿਆਦਾ, ਜਾਂ ਫਿਰ ਸੈੱਲ ਘਟਣੇ ਆਪਾਂ ਦੇਖਦੇ ਹਾਂ, ਅਤੇ ਅਕਸਰ ਇਹ ਚੀਜ਼ ਹੁੰਦੀ ਹੈ ਕਿ ਬੱਚੇ ਤੱਕ ਦੇ ਸੈੱਲ ਵੀਕ ਹੋ ਜਾਂਦੇ, ਆਪਾਂ ਕਹਿੰਦੇ ਜੀ ਇਮਿਊਨਿਟੀ ਲੋ ਹੈ ਉਹਨਾਂ ਦੀ, ਅਤੇ ਜਾਂ ਫਿਰ ਡਾਕਟਰ ਕੋਲ ਲੈ ਕੇ ਜਾਂਦਾ। ਸਕਿਨ ਐਲਰਜੀ ਦੀ ਗੱਲ ਕਰਦੇ ਹਾਂ, ਕੋਈ ਵੀ ਕਰੀਮ ਚੱਕ ਕੇ ਲਾ ਲੈਂਦੇ ਹਾਂ, ਆਪਾਂ ਲੋਸ਼ਨ ਚੱਕ ਕੇ ਲਗਾ ਲੈਂਦੇ ਹਾਂ, ਡਾਕਟਰ ਸਾਨੂੰ ਵਧੀਆ ਵਧੀਆ ਕਿੱਟਸ ਦਿਖਾ ਦਿੰਦੇ ਆ ਜੀ ਤੁਸੀਂ ਆ ਕਿੱਟਸ ਦੇ ਪ੍ਰੋਡਕਟ ਯੂਜ਼ ਕਰੋ, ਕਾਫੀ ਮਹਿੰਗੇ ਵੀ ਹੁੰਦੇ ਆ, ਅਤੇ ਉਹ ਤੋਂ ਬਾਅਦ ਕਈ ਵਾਰ ਹੋਰ ਜ਼ਿਆਦਾ ਸਕਿਨ ਦੀ ਐਲਰਜੀ ਵੱਧ ਜਾਂਦੀ, ਜਾਂ ਫਿਰ ਸੈੱਲ ਜਿਹੜੇ ਆ ਉਹ ਨਹੀਂ ਠੀਕ ਹੁੰਦੇ, ਤਾਂ ਉਹਦੇ ਵਿੱਚ ਕੀ ਹੁੰਦਾ ਆਯੁਰਵੈਦਿਕ ਦੇ ਵਿੱਚ ਇਲਾਜ? ਨਹੀਂ, ਆਯੁਰਵੈਦ ਦੇ ਪ੍ਰੋਪਰ ਇਲਾਜ ਹੈਗਾ, ਆਯੁਰਵੇਦ ਦੇ ਵਿੱਚ ਹੀ ਇਲਾਜ ਆ ਸਕਿਨ ਦੇ, ਜਿੰਨੇ ਟ੍ਰੀਟਮੈਂਟ ਹੈਗੇ ਆ ਪੁਰਾਣੇ ਤੋਂ ਪੁਰਾਣੇ, ਜਿਹੜੇ ਸਕਿਨ ਦੇ ਟ੍ਰੀਟਮੈਂਟ ਆ ਜਾਂ ਵਿਗੜੇ ਰੋਗ ਆ ਉਹ ਆਯੁਰਵੇਦ ਦੇ ਵਿੱਚ ਹੀ ਆ ਜਿੰਨੇ ਹੈਗੇ ਆ। ਪਰ ਪਹਿਲਾਂ ਤਾਂ ਇਹ ਦੇਖਣਾ ਪੈਣਾ ਰੋਗ ਆਇਆ ਕਿੱਥੋਂ ਆ। ਹੁਣ ਜਿਹੜਾ ਅਸੀਂ ਸਕਿਨ ਦੀ ਗੱਲ ਕਰਕੇ ਹਟੇ, ਪਿੱਤ ਪ੍ਰਕਿਰਤੀ ਦਾ ਰੋਗ ਆ, ਪਿੱਤ ਪ੍ਰਕਿਰਤੀ ਮਣੀ ਸਰੀਰ ਦੇ ਵਿੱਚ ਇੰਨੀ ਕੁ ਗਰਮੀ ਵੱਧ ਗਈ ਆ ਵੀ ਲੋੜ ਤੋਂ ਵੱਧ ਖੂਨ ਨੂੰ ਗੰਦਾ ਕਰਨ ਲੱਗ ਗਈ, ਉਹ ਤੇਜ਼ਾਬ ਬਣਾਉਣ ਲੱਗ ਗਈ ਆ, ਗੈਸ ਬਣਾਉਣ ਲੱਗ ਗਈ ਆ, ਕਬਜ਼ ਕਰਨ ਲੱਗ ਗਈ ਆ, ਪਾਚਨ ਤੰਤਰ ਖਰਾਬ ਹੋਣ ਲੱਗ ਗਿਆ। ਅਸੀਂ ਧਿਆਨ ਨਹੀਂ ਦੇ ਰਹੇ, ਅਸੀਂ ਕੈਪਸੂਲ ਤੇਜ਼ਾਬ ਦਾ ਮਾਰਦੇ ਹਾਂ, ਆਖਰ ਕਿੰਨਾ ਟਾਈਮ ਉਹਦੀ ਵਜ੍ਹਾ ਕਰਕੇ ਸਾਈਡ ਇਫੈਕਟ ਪੈਂਦੇ 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 ਵਧੀ ਜਾਂਦੇ ਆ, ਜਾਂ ਅਸੀਂ ਕੀ ਕਰਦੇ ਹਾਂ ਬੇਲੋੜੇ ਜਿਹੜੇ ਪਦਾਰਥ ਆ, ਫੇਸ ਵਾਸ ਆ, ਸ਼ੈਂਪੂ ਆ, ਸਾਬਣ, ਮਤਲਬ ਕੈਮੀਕਲ ਦੇ ਭਰੇ ਹੋਏ ਦੁੱਧ, ਦਹੀਂ, ਲੱਸੀ, ਇਹ ਤਾਂ ਬਰਤਨ ਹੀ ਹਟ ਗਏ ਬੀਬੀਆਂ, ਜਾਂ ਅੱਗੇ ਮੁਲਤਾਨੀ ਮਿੱਟੀ ਕਿੰਨੇ ਬੀਬੀਆਂ ਲਾਉਂਦੀਆਂ ਸੀ, ਉਹ ਵੀ ਬਰਤਨ ਹਟ ਗਏ ਸੀ। ਮਤਲਬ ਸਕਿਨ ਦੇ ਉੱਪਰ ਜਿਹੜਾ ਉਹ ਅਸੀਂ ਆਪ ਜਾਣ ਬੁੱਝ ਕੇ ਚੀਜ਼ਾਂ ਕਰ ਰਹੇ ਹਾਂ। ਹੁਣ ਇੱਕਦਮ ਗਰਮੀ 'ਚੋਂ ਬਾਹਰੋਂ ਆਉਣੇ ਅਸੀਂ ਏ ਸੀ 'ਚ ਡਿੱਗਦੇ ਹਾਂ, ਉਹਦਾ ਕਿਹਦੇ ਅਸਰ ਪੈਣਾ? ਉਹ ਸਾਡੇ 'ਤੇ ਅਸਰ ਪੈਣਾ, ਬਾਹਰਲਾ ਟੈਂਪਰੇਚਰ ਹੋਰ ਆ, ਅੰਦਰਲਾ ਹੋਰ ਆ, ਰਾਤੀ ਏ ਸੀ ਚੱਲਦਾ ਹੁੰਦਾ, ਜਿਵੇਂ ਬਾਥਰੂਮ ਜਾਣਾ ਹੁੰਦਾ, ਫਿਰ ਵੀ ਫਰਕ ਪੈਣੇ ਟੈਂਪਰੇਚਰ ਦਾ, ਜਿਵੇਂ ਦਾ ਸਾਡੀ ਬੋਡੀ 'ਤੇ ਪੈਣਾ, ਇਹ ਥੋੜ੍ਹੀਆਂ ਗੱਲਾਂ ਸਾਨੂੰ ਸੁਧਾਰਨੀਆਂ ਪੈਣੀਆਂ। ਕਿਤੇ ਨਾ ਕਿਤੇ ਭੋਜਨ ਸੁਧਾਰਨਾ ਪੈਣਾ, ਇਹਨਾਂ ਦਿਨਾਂ ਦੇ ਵਿੱਚ ਅਸੀਂ ਭੱਜਦੇ ਹਾਂ ਸ਼ਰਬਤ ਵੱਲ ਨੂੰ, ਜਾਂ ਭੱਜਦੇ ਹਾਂ ਗੰਨੇ ਦੇ ਜੂਸ ਵੱਲ ਨੂੰ, ਜਾਂ ਆਮ ਜੂਸ ਵੱਲ ਨੂੰ। ਹੁਣ ਆਮ ਜੂਸ ਦੇ ਵਿੱਚ ਵੀ ਲੋਕਾਂ ਨੇ ਨਮਕ ਪਵਾ ਲਿਆ, ਵਿੱਚ ਉਹਦੇ ਖੰਡ ਪਵਾ ਲਈ, ਜੂਸ ਦਾ ਵੀ ਸੱਤਿਆਨਾਸ ਮਾਰ ਲਿਆ। ਹੁਣ ਕੁਦਰਤੀ ਐਨਰਜੀ ਦੇ ਵਿੱਚ ਉਹਦੇ 'ਚ ਖਿਲਵਾੜ ਕਰਨ ਦੀ ਕੀ ਲੋੜ ਆ? ਜੇ ਮਹਾਰਾਜ ਨੇ ਰਸ ਰੱਖਿਆ, ਕੌੜਾ, ਮਿੱਠਾ, ਲੂਣਾ, ਇਹ ਰਸ 6 ਰਸ ਮਹਾਰਾਜ ਨੇ ਪੈਦਾ ਕੀਤੇ ਆ, ਅਸੀਂ ਫਿਰ ਵੀ ਜੂਸ ਨੂੰ ਖੱਟਾ ਕਰਕੇ, ਲੂਣਾ ਕਰਕੇ, ਨਮਕ ਪਾ ਕੇ ਪੀ ਜਾਂਦੇ, ਇਹ ਕੁਦਰਤ ਨਾਲ ਖਿਲਵਾੜ ਆ, ਸਰੀਰ ਨਾਲ ਖਿਲਵਾੜ ਆ। ਇਸੇ ਕਰਕੇ ਕੋਈ ਵੀ ਰਸ ਕੱਢਦੇ ਪਹਿਲਾਂ ਤਾਂ ਫਲ ਚੱਬਣ ਦੀ ਕੋਸ਼ਿਸ਼ ਕਰੋ ਵੀ ਫਲ ਆਪ ਖਾਧਾ ਜਾਵੇ, ਜੇ ਨਹੀਂ ਕਿਤੇ ਐਮਰਜੈਂਸੀ ਬਾਹਰ ਅੰਦਰ ਖੜ੍ਹੇ ਹੋ ਤਾਂ ਨਮਕ ਨਾ ਮਿਲਾਓ, ਮਿੱਠਾ ਨਾ ਮਿਲਾਓ, ਡਾਇਰੈਕਟ ਉਹਨੂੰ ਕੌੜਾ ਕਸਾਲਾ ਡਾਇਰੈਕਟ ਪੀਓ, ਤਾਂ ਜੋ ਤੁਹਾਡੀ ਬੋਡੀ ਦੇ ਵਿੱਚ ਜਿਹੜੇ ਵਿਟਾਮਿਨ ਸੀ ਦੀ ਕਮੀ ਆ ਉਹ ਪੂਰੀ ਹੋਣ ਲੱਗ ਜਾਏ, ਆਇਰਨ ਦੀ ਕਮੀ ਆ, ਵਿਟਾਮਿਨ ਏ ਦੀ ਕਮੀ, ਇਹ ਵਿਟਾਮਿਨ ਪੂਰੇ ਹੋਣ ਆਯੁਰਵੇਦ। ਮਤਲਬ ਜੇ ਆਯੁਰਵੇਦ ਕਹੀਏ ਰਸ ਵਿਗੜ ਜਾਂਦਾ, ਉਹ ਰਸ ਸਹੀ ਕੀਤੇ ਜਾਣ। ਇਹ ਤਾਂ ਗੱਲ ਹੋ ਗਈ ਕਿ ਚਲੋ ਜਿਹੜੀ ਪ੍ਰੋਬਲਮਸ ਹੁੰਦੀਆਂ ਵਾ ਸਰੀਰ ਨੂੰ ਨਾ ਕੁਝ ਖਾਣ ਪੀਣ ਦੇ ਕਰਕੇ, ਲੇਕਿਨ ਹਾਈਟ ਦੀ ਆਪਾਂ ਗੱਲ ਕਰੀਏ, ਕਿਹਾ ਜਾਂਦਾ ਕਿ ਕਿਸੇ ਦੀ ਹਾਈਟ ਛੋਟੀ ਹੁੰਦੀ ਹੈ, ਉਮਰ ਕਾਫੀ ਜ਼ਿਆਦਾ ਹੁੰਦੀ ਹੈ, ਲੇਕਿਨ ਦੇਖਣ ਨੂੰ ਬਹੁਤ ਜ਼ਿਆਦਾ ਹਾਈਟ ਛੋਟੀ ਹੁੰਦੀ ਹੈ, ਤਾਂ ਇਹਨਾਂ ਚੀਜ਼ਾਂ ਤੋਂ ਵੀ ਕਈ ਵਾਰ ਲੋਕਾਂ ਨੂੰ ਫੇਸ ਕਰਨੀਆਂ ਪੈਂਦੀਆਂ, ਬਹੁਤ ਸਾਰੀਆਂ ਪ੍ਰੋਬਲਮਸ ਨਾ, ਲੇਕਿਨ ਡਾਕਟਰਸ ਕੋਲ ਜਾਂਦੇ ਨੇ, ਉਹੀ ਚੀਜ਼ਾਂ ਹੁੰਦੀਆਂ ਹੈ ਕਿ ਦਵਾਈ ਖਾ ਲਓ ਹਾਈਟ ਵੱਧ ਜੂਗੀ, ਲੇਕਿਨ ਨਿਰਾਸ਼ਾ ਹੀ ਹੱਥ ਆਉਂਦੀ ਹੈ। ਆਯੁਰਵੇਦਿਕ ਦੇ ਵਿੱਚ ਹੈ ਕੋਈ ਅਜਿਹਾ ਇਲਾਜ ਕਿ ਕੋਈ ਕਿਸੇ ਦੀ ਹਾਈਟ ਘੱਟ ਹੈ ਤਾਂ ਆਪਣੀ ਹਾਈਟ ਵੀ ਇਨਕਰੀਜ਼ ਕਰ ਸਕਦਾ? ਸਭ ਤੋਂ ਬੱਚਿਆਂ ਦੀ ਜਿਹੜੀ ਵੱਡੀ ਗੱਲ ਆ ਹਾਈਟ ਦੀ, ਅੱਜ ਕੱਲ੍ਹ ਬੱਚਿਆਂ ਦੇ ਪੇਟ 'ਚ ਕਿਰ ਮਾਰ ਰਿਹਾ ਕੀੜੇ, ਉਹ ਧਿਆਨ ਦੇਣ ਦੀ ਗੱਲ ਆ, ਕਿਉਂਕਿ ਬੱਚੇ ਅੱਜ ਕੱਲ੍ਹ ਭੋਜਨ ਨਮਕ ਵਾਲੇ ਜ਼ਿਆਦਾ ਖਾਂਦੇ ਆ। ਅੱਜ ਹੀ ਪਿਓ 20 ਸਾਲ ਤੋਂ ਦਿੱਕਤ ਆ ਰਹੀ ਹਾਈਟ ਦੀ, ਪਹਿਲਾਂ ਕਿਉਂ ਨਹੀਂ ਸੀ ਇੰਨੀ? ਕਿਉਂਕਿ ਪਹਿਲਾਂ ਭੋਜਨ ਸਹੀ ਸੀ। ਇਹ ਸਹੀ ਕਰਨਾ ਪੈਣਾ, ਇਹ ਮਾਪਿਆਂ ਨੂੰ ਸਹੀ ਕਰਨਾ ਪੈਣਾ, ਜ਼ਿਆਦਾ ਬੱਚਿਆਂ ਨੂੰ ਬਾਹਰਲੇ ਖਾਣੇ ਤੋਂ ਰੋਕਣਾ ਪੈਣਾ, ਜਿਵੇਂ ਮਰਜ਼ੀ ਸਮਝਾਉਣ, ਉਹ ਮਾਪਿਆਂ ਦੀ ਰਿਸਪੋਂਸੀਬਿਲਟੀ ਹੈ। ਅਤੇ ਹੱਲ ਆਯੁਰਵੇਦ ਦੇ ਵਿੱਚ ਹਾਈਟ ਦਾ ਹੈਗਾ, ਹਾਈਟ ਨਿਕਲਿਆ
ਜੇ ਮੱਖਣ ਖਾਂਦਾ ਤਾਂ ਉਹ ਬਟਰ ਲਿਆ ਕੇ ਬਾਹਰੋਂ ਖਾਂਦਾ ਮੈਲਾ ਕਰਕੇ ਦੂਸ਼ਿਤ ਕਰਕੇ, ਕਿੱਦਾਂ ਠੀਕ ਹੋ ਜਾਏਗਾ? ਉਹ ਫਰੈਸ਼ ਬੱਚੇ ਨੂੰ ਦੇਣਾ ਪੈਣਾ, ਡਾਇਟ ਬਦਲਣੀ ਪੈਣੀ ਆ। ਔਰ ਬਾਕੀ ਬਾਤ ਪਿੱਤ ਕਫ ਦਾ ਦੋਸ਼ ਜ਼ਰੂਰ ਦੇਖਣਾ ਪੈਣਾ, ਬੱਚਿਆਂ ਦਾ ਪੇਟ ਸਹੀ ਆ, ਕਬਜ਼ ਤਾਂ ਨਹੀਂ ਦਿੰਦੀ, ਬੱਚੇ ਦੀ ਜਿਹੜਾ ਮਾਨਸਿਕ ਸੰਤੁਲਨ ਆ, ਕੰਮ ਕਾਰ ਕੀ ਆ, ਰਨਿੰਗ ਕਰਦਾ, ਖੇਡ ਕਰਦਾ, ਉਹ ਜ਼ਰੂਰ ਦੇਖਣਾ ਪੈਣਾ। ਅਤੇ ਇੱਕ ਮੇਰਾ ਹੋਰ ਸਵਾਲ ਹੈ, ਅੱਜ ਦੇ ਸਮੇਂ ਦੇ ਵਿੱਚ ਕਾਫੀ ਵੱਡੀ ਸਮੱਸਿਆ ਦੇਖੀ ਜਾਂਦੀ ਹੈ ਡਰੱਗਸ ਦੀ। ਕਿਹਾ ਜਾਂਦਾ ਹੈ ਕਿ ਜੀ ਨੌਜਵਾਨ ਜ਼ਿਆਦਾ ਹੁੰਦੇ ਜਿਹੜੇ ਡਰੱਗਸ ਵੱਲ ਅਡਿਕਟਿਡ ਹੁੰਦੇ ਨੇ, ਅੱਜ ਕੱਲ੍ਹ ਲੇਡੀਜ਼ ਵੀ ਕਰਦੀਆਂ, ਡਰੱਗਸ ਤਾਂ ਹਰ ਕੋਈ ਲੈਂਦਾ ਹੋਇਆ ਨਜ਼ਰ ਆ ਰਿਹਾ, ਵੱਡੀ ਪ੍ਰੋਬਲਮ ਵੀ ਹੈ ਫੈਮਿਲੀ ਵਿੱਚ, ਚਾਹੁੰਦੀ ਹੈ ਕਿ ਸਾਡਾ ਬੱਚਾ ਜਿਹੜਾ ਡਰੱਗਸ ਤੋਂ ਪਿੱਛੇ ਹਟੇ ਜਾਂ ਫਿਰ ਡਰੱਗਸ ਨਾ ਲਵੇ। ਉਹਦੇ ਕਰਕੇ ਕਈ ਕੇਂਦਰ ਵੀ ਬਣਾਏ ਹੋਏ ਨੇ ਕਿ ਜਿਹਨਾਂ ਵਿੱਚ ਉਹਨਾਂ ਨੂੰ ਭਰਤੀ ਕਰਾ ਦਿੱਤਾ ਜਾਂਦਾ ਹੈ, ਲੇਕਿਨ ਕਈ ਵਾਰ ਉੱਥੋਂ ਭੱਜੇ ਆਉਂਦੇ ਨੇ ਨੌਜਵਾਨ ਕਿ ਹਾਂ ਅਸੀਂ ਤਾਂ ਸਾਨੂੰ ਨਹੀਂ ਉੱਥੇ ਸਹੀ ਲੱਗ ਰਿਹਾ, ਜਾਂ ਫਿਰ ਕਈ ਛੱਡਣਾ ਚਾਹੁੰਦੇ ਨੇ ਡਰੱਗਸ, ਲੇਕਿਨ ਉਹਨਾਂ ਕੋਲ ਬਹਾਨਾ ਇਹ ਹੁੰਦਾ ਕਿ ਸਾਡਾ ਸਰੀਰ ਸਾਨੂੰ ਇਜਾਜ਼ਤ ਨਹੀਂ ਦਿੰਦਾ ਪਿਆ ਛੱਡਣ ਦੀ। ਆਯੁਰਵੈਦਿਕ ਦੇ ਵਿੱਚ ਹੈ ਅਜਿਹਾ ਇਲਾਜ ਕਿ ਨੌਜਵਾਨਾਂ ਦਾ ਸਰੀਰ ਉਹਨਾਂ ਨੂੰ ਇਜਾਜ਼ਤ ਦੇਵੇ ਕਿ ਡਰੱਗਸ ਛੱਡੋ, ਅਤੇ ਉਹ ਵੀ ਦਿਮਾਗ ਤੋਂ ਵੀ ਚਾਹੁੰਦੇ ਹੋ ਕਿ ਅਸੀਂ ਛੱਡਣਾ, ਆਪਣੀ ਜ਼ਿੰਦਗੀ ਨੂੰ ਬਚਾਉਣਾ ਹੈ। ਬਿਲਕੁਲ ਜੀ ਬਿਲਕੁਲ, ਆਯੁਰਵੇਦ ਵਿੱਚ ਦੋ ਹੀ ਤਰ੍ਹਾਂ ਦੇ ਰੋਗ ਆ, ਇੱਕ ਮਾਨਸਿਕ ਅਤੇ ਇੱਕ ਸਰੀਰਕ। ਹੁਣ ਨਸ਼ੇ ਵਾਲੇ ਨੂੰ ਦੋਨੇ ਹੁੰਦੇ ਆ, ਉਹ ਮਾਨਸਿਕ ਰੋਗੀ ਵੀ ਹੁੰਦਾ ਅਤੇ ਸਰੀਰਕ ਵੀ ਹੁੰਦਾ। ਹੁਣ ਇਹ ਦੋਨੇ ਸਮਝਣੇ ਪੈਣੇ ਆ, ਮਾਨਸਿਕ ਉਹਨੂੰ ਜੁੜਨਾ ਪੈਣਾ ਆਪਣੇ ਧਰਮ ਨਾਲ ਜਿੱਥੇ ਵੀ ਹੈਗਾ। ਹੁਣ ਉਹ ਬੇਧਰਮਿਆ ਹੋਇਆ ਪਿਆ ਜਿਹੜਾ ਵੀ ਮਰਜ਼ੀ ਹੈ, ਉਹ ਧਰਮ ਦੇ ਨੇੜੇ ਹੀ ਹੈ ਨਹੀਂ, ਉਹਨੂੰ ਪੂਜਾ ਪਾਠ ਨਾਲ ਕੋਈ ਮਤਲਬ ਹੀ ਨਹੀਂ, ਅਤੇ ਸਰੀਰਕ ਤੌਰ 'ਤੇ ਉਹ ਸਤਿਆਨਾਸ ਇੱਦਾਂ ਕਰੀ ਬੈਠਾ, ਪਹਿਲਾਂ ਤੋਂ ਹੀ ਸਤਿਆਨਾਸ ਕਰੀ ਬੈਠਾ। ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਉਹਨੂੰ ਤਾਕਤ ਦੇ ਕੇ ਨਸ਼ਾ ਛੁਡਾਇਆ ਜਾਂਦਾ, ਪਰ ਨਸ਼ੇ ਨਾਲ ਨਸ਼ਾ ਛੁਡਾਉਣ ਉਹ ਕੋਈ ਸਿਆਣਪ ਨਹੀਂ ਆ। ਆਯੁਰਵੇਦ ਦੇ ਵਿੱਚ ਅਸ਼ਵਗੰਧਾ ਹੈਗਾ, ਸਾਲਮ ਪੰਜਾ, ਸਵੇਦ ਮੂਸਲੀ, ਸਿਲਾਜੀਤ ਹੋ ਗਿਆ, ਗੋਲਡ ਹੋ ਗਿਆ, ਚਾਂਦੀ ਹੋ ਗਈ, ਮੋਤੀ ਹੋ ਗਿਆ, ਪ੍ਰਵਾਲ ਹੋ ਗਿਆ, ਉਹਦੇ ਵਿੱਚ ਉਹ ਤਾਕਤ ਹੀ ਭਰ ਕੇ ਉਹ ਨਸ਼ਾ ਛੁਡਵਾਇਆ ਜਾਂਦਾ ਨੈਚੁਰਲ, ਵੀ ਜਿਹਦੀ ਉਹਨੂੰ ਕੋਈ ਤੋੜ ਨਾ ਲੱਗੇ, ਲੱਤ ਨਾ ਲੱਗੇ, ਸਾਰੀ ਉਮਰ ਉਹ ਖਾਣਾ ਨਾ ਪਵੇ। ਬਿਲਕੁਲ ਆਯੁਰਵੇਦ 'ਚ ਬਹੁਤ ਅਜਿਹੀਆਂ ਬੂਟੀਆਂ, ਪਰ ਉਹ ਬੰਦਾ ਹਾਜ਼ਰ ਹੋਵੇ, ਆਪ ਛੱਡਣ ਨੂੰ ਤਿਆਰ ਹੋਵੇ, ਵੀ ਮੈਂ ਛੱਡਣ ਨੂੰ ਤਿਆਰ ਹਾਂ, ਐਂ ਨਹੀਂ ਵੀ ਤੁਸੀਂ ਧੱਕੇ ਨਾ ਮੇਰੇ ਕੋਲ ਪੇਸ਼ੈਂਟ ਲਿਆਓ ਅਤੇ ਮੈਂ ਤਾਂ ਨਸ਼ਾ ਛੱਡਦਾ, ਇੱਦਾਂ ਦਾ ਕੁਛ ਨਹੀਂ ਆ। ਉਹ ਆਪਣੇ ਵੱਲੋਂ ਤੌਰ 'ਤੇ ਪਹਿਲਾਂ ਤਿਆਰ ਹੋਵੇ ਵੀ ਮੈਂ ਛੱਡ ਦਿਆਂਗਾ, ਹਾਂ ਉਹਨੂੰ ਜਿਹੜੀ ਬਾਅਦ ਦੀ ਗੱਲਬਾਤ ਉਹ ਆਯੁਰਵੇਦ ਦੇ ਮਾਧਿਅਮ ਨਾਲ ਨਹੀਂ ਆਉਂਦੀ। ਤੁਸੀਂ ਹੁਣੇ ਜ਼ਿਕਰ ਕੀਤਾ ਗੋਲਡ ਦਾ, ਸਿਲਵਰ ਦਾ, ਜਾਂ ਡਾਇਮੰਡ ਦਾ ਕੋਈ ਜ਼ਿਕਰ ਕੀਤਾ ਤੁਸੀਂ, ਇਹ ਦਵਾਈ ਦੇ ਵਿੱਚ ਅਸਲੀ ਪੈਂਦਾ? ਅਸਲੀ ਇਹਦੀਆਂ ਭਸਮਾਂ ਪੈਂਦੀਆਂ ਜੀ, ਹੀਰੇ ਦੀ ਭਸਮ ਪੈਂਦੀ ਆ, ਚਾਂਦੀ ਭਸਮ ਪੈਂਦੇ ਆ, ਮੋਤੀ ਪੈਂਦਾ, ਗੋਲਡ ਪੈਂਦਾ, ਇਹਦੀਆਂ ਆਯੁਰਵੇਦ ਦੇ ਵਿੱਚ ਭਸਮਾਂ ਪੈਂਦੀਆਂ। ਔਰ ਇਹ ਅੱਜ ਤੋਂ ਨਹੀਂ ਪੈਂਦੀਆਂ, ਰਾਜਿਆਂ ਮਹਾਰਾਜਿਆਂ ਤੋਂ ਬਿਲਾਂ ਦੀਆਂ ਭਸਮਾਂ ਪੈਂਦੀਆਂ ਪਹਿਲਾਂ ਤੋਂ ਹੀ, ਅੱਜ ਤੋਂ ਵੱਧ ਜੇ ਗ੍ਰੰਥੀ ਜੇ ਨੁਸਖੇ ਦੇਖਣੇ ਹੋਣ ਤਾਂ ਮਰਦ ਜਾਤ ਦੇ ਪਏ ਆ, ਜਿਹਨੂੰ ਮਰਦਾਨਾ ਕਮਜ਼ੋਰੀ ਦੇ ਨੁਸਖੇ ਕਹਿੰਦੇ ਆ, ਉਹਨਾਂ ਵਿੱਚ ਸਭ ਤੋਂ ਵੱਧ ਇਹ ਸੋਨਾ, ਚਾਂਦੀ, ਮੋਤੀ, ਪ੍ਰਵਾਲ, ਹੀਰਾ, ਪੁਖਰਾਜ, ਪੰਨਾ, ਨੀਲਮ, ਇਹ ਚੀਜ਼ਾਂ ਦੀ ਵਰਤੋਂ ਵੱਧ ਕੀਤੀ ਜਾਂਦੀ, ਬੂਟਿਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹਨਾਂ ਚੀਜ਼ਾਂ ਦੇ ਵੀ ਨਾਲ ਮਹਿੰਗੇ ਨੁਸਖਿਆਂ ਦੀ ਵਰਤੋਂ ਨਾਲ ਕੀਤੀ ਜਾਂਦੀ, ਤਾਂ ਜੋ ਬੋਡੀ ਦੇ ਵਿੱਚ ਯਕਦਮ ਤਾਕਤ ਮਿਲੇ ਅਤੇ ਸਰੀਰ ਦੇ ਵਿੱਚ ਲੋਡ ਨਾ ਪਵੇ ਅਤੇ ਯਕਦਮ ਸਰੀਰ ਸੈੱਟ ਹੋ ਜਾਏ। ਅਸੀਂ ਤੁਹਾਡੇ ਕੋਲ ਹੁਣ ਜਿੰਨੀ ਵੀ ਇਨਫੋਰਮੇਸ਼ਨ ਲਈ ਹੈ, ਸਾਨੂੰ ਵਧੀਆ ਲੱਗੀ, ਹੋਪਫੁਲੀ ਸਾਡੇ ਆਡੀਅੰਸ ਵੀ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਵੀ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ, ਲੇਕਿਨ ਹੁਣ ਜਿਹੜੀ ਆਖਿਰ ਦੇ ਵਿੱਚ ਆਪਾਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਆਡੀਅੰਸ ਦੇ ਮਨ 'ਚ ਵੀ ਇੱਕ ਡਾਊਟ ਆਇਆ ਹੋਊਗਾ ਕਿ ਸਿਲਵਰ ਯੂਜ਼ ਕੀਤੀ ਜਾਂਦੀ ਹੈ, ਡਾਇਮੰਡ ਜਾਂ ਗੋਲਡ ਜੋ ਵੀ ਯੂਜ਼ ਕੀਤਾ ਜਾਂਦਾ ਵਾ, ਇਹ ਚੀਜ਼ਾਂ ਕੋਈ ਆਮ ਨਹੀਂ, ਬਹੁਤ ਮਹਿੰਗੀਆਂ ਹੁੰਦੀਆਂ ਚੀਜ਼ਾਂ ਨਾ, ਤਾਂ ਉਹਨਾਂ ਨੂੰ ਡਾਊਟ ਇਹ ਆਊਗਾ ਕਿ ਤੁਹਾਡੀ ਜਿਹੜੀ ਦਵਾਈ ਹੈ ਫਿਰ ਤਾਂ ਕਾਫੀ ਜ਼ਿਆਦਾ ਮਹਿੰਗੀ ਹੋਵੇਗੀ, ਜਾਂ ਫਿਰ ਸਾਡੇ ਬਜਟ 'ਚ ਇਹ ਵਾਲੀ ਦਵਾਈ ਨਹੀਂ ਆ ਸਕਦੀ ਵੈਦ ਦੀ। ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਦਵਾਈਆਂ ਦੇ ਰੇਟ ਬਿਲਕੁਲ ਸਹੀ ਹੈ ਜਾਂ ਬਹੁਤ ਜ਼ਿਆਦਾ ਹੈ ਕਿ ਬਹੁਤ ਹਾਈਫਾਈ ਤੁਹਾਡੇ ਕੋਲ ਆ ਕੇ ਲੈ ਸਕਦੇ ਆ? ਨਹੀਂ, ਇਹ ਆਪਾਂ ਜਿਹੜੀ ਗੱਲ ਕਰਕੇ ਹਟਣ ਪਹਿਲਾਂ ਵੀ ਵੈਦਾ ਵੈਸ ਵੈ ਤੂੰ ਪਹਿਲਾਂ ਰੋਗ ਪਛਾਣ, ਰੋਗ ਦਾਰੂ ਦੋਵੇਂ ਪੁੱਜੇ ਤਾਂ ਸੋ ਵੈਸ ਜਾਣ, ਵੀ ਪਹਿਲਾਂ ਰੋਗ ਪੁੱਜਣਾ ਉਹਨੂੰ ਹੈ ਕੀ ਹੈ। ਹੁਣ ਉਹਨੂੰ ਹੈ ਤਾਂ ਉਹਨੂੰ ਪਾਚਨ ਤੰਤਰ ਦੀ ਸਮੱਸਿਆ, ਅਤੇ ਮੈਂ ਉਹਨੂੰ ਸੋਨਾ ਚਾਂਦੀ ਖਵਾਈ ਚੱਲਾਂ? ਉਹ ਜਿਹਦੇ ਬੰਦੇ ਨੇ ਰੋਟੀ ਨਹੀਂ ਪਾਜੀ ਸੋਨਾ ਕਿੱਥੋਂ ਪਾਜੇਗਾ? ਉਹ ਪਹਿਲਾਂ ਦੇਖਣਾ ਪੈਣਾ ਵੀ ਇਹਨੂੰ ਰੋਗ ਹੈ ਕੀ ਆ, ਜਿੰਨਾ ਕੁ ਉਹਦਾ ਰੋਗ ਆ ਉਨੀ ਕੁ ਦਵਾਈ ਲੱਗਦੀ ਹੈ। ਜੇ ਮੰਨ ਲਓ ਉਹਦਾ ਕੰਮ 300 ਨਾਲ ਸਰਦਾ, ਉਹਨੂੰ ਜ਼ਰੂਰੀ ਥੋੜ੍ਹਾ ਵੀ 5000 ਦੀ ਦਵਾਈ ਲੱਗੂਗੀ, ਜੇ ਉਹਦਾ 5000 ਨਾਲ ਸਰਦਾ 3000 ਨਹੀਂ ਸਰਨਾ ਗਾ, ਮਤਲਬ ਅਲੱਗ ਅਲੱਗ ਆ, ਜਿੱਦਾਂ ਉਹਦਾ ਰੋਗ ਆ ਉੱਦਾਂ ਹੀ ਦਵਾਈ ਲੱਗੂ। ਉਹ ਵੈਦ ਦਾ ਦੇਖਣਾ, ਉਹਨੇ ਉਹਦੀ ਪ੍ਰਕਿਰਤੀ ਵੇਖਣੀ, ਨਬਜ਼ ਦੇਖਣੀ ਹੈ, ਚਿਹਰਾ ਦੇਖਣਾ, ਫਿਰ ਜਾ ਕੇ ਉਹਦਾ ਇਲਾਜ ਪ੍ਰੋਪਰ ਹੋਣਾ, ਵੀ ਉਹਨੂੰ ਲੋੜ ਕਿਹੜੀ। ਆਯੁਰਵੇਦਿਕ ਦਵਾਈਆਂ ਮਹਿੰਗੀਆਂ ਨਹੀਂ, ਪਰ ਜਦੋਂ ਬੰਦਾ ਡਿਮਾਂਡ ਹੀ ਮਹਿੰਗੀ ਦਵਾਈ ਦੀ ਕਰਦਾ ਵੀ ਮੈਨੂੰ ਆਹ ਚਾਹੀਦੀ ਹੈ, ਉੱਥੇ ਮਹਿੰਗੀ ਹੈ। ਜਿਵੇਂ ਹੁਣ ਆਹ ਗੋਲਡ ਪੈਸੇ ਦਿਖਾਇਆ ਤੁਹਾਨੂੰ ਮੈਂ, ਇਹ ਗੋਲਡ ਇਸ ਟਾਈਮ ਗੋਲਡ ਦੀ ਜਿਹੜੀ ਕੀਮਤ ਆ 12-15 ਹਜ਼ਾਰ ਤੋਂ ਸਟਾਰਟਿੰਗ ਆ। ਇੱਕ ਜੇ ਇੱਕ ਗ੍ਰਾਮ ਹੀ ਆਪਾਂ ਗੋਲਡ ਪਾਈਏ ਕਿਸੇ ਦਵਾਈ 'ਚ, ਤਾਂ 15 ਹਜ਼ਾਰ ਦਾ ਸਿੱਧਾ ਸੋਨਾ ਹੀ ਪੈ ਗਿਆ, ਉਹ ਡਿਮਾਂਡ ਕਰਦਾ ਜੇ ਬੰਦਾ ਫੇਰ ਆ। ਅਤੇ ਇਸ ਤੋਂ ਇਲਾਵਾ ਇਹ ਵੀ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿਵੇਂ ਸਰੀਰ ਦੇ ਵਿੱਚ ਦਰਦ ਹੁੰਦੀ, ਨੋਰਮਲ ਪੇਨ ਆਪਾਂ ਕਹਿੰਦੇ ਹਾਂ, ਕਈ ਵਾਰ ਆਪਾਂ ਘਰੇ ਬੈਠੇ ਹੁੰਦੇ ਹਾਂ ਜਾਂ ਕੰਮ ਕਰ ਰਹੇ ਨੇ, ਸਾਨੂੰ ਪਤਾ ਨਹੀਂ ਹੈਗਾ ਕਿ ਉਹ ਦਰਦ ਕਾਹਦਾ ਹੋ ਰਿਹਾ ਵਾ। ਆਪਾਂ ਕਹਿ ਰਹੇ ਹਾਂ ਜੀ ਸਾਡੀ ਬੋਡੀ ਪੇਨ ਹੋ ਰਹੀ ਆ, ਅਸੀਂ ਥੱਕੇ ਹੋਏ ਹਾਂ ਤਾਂ ਬੋਡੀ ਪੇਨ ਹੋ ਰਹੀ ਆ, ਕੋਈ ਹੋਰ ਚੀਜ਼ ਦਾ ਕਾਰਨ ਹੈ, ਆਪਾਂ ਬਸ ਇੱਕ ਪੇਨ ਕਿਲਰ ਲੈ ਲੈਂਦੇ ਹਾਂ, ਜਾਂ ਫਿਰ ਇੱਕ ਕਿਹਾ ਜਾਂਦਾ ਜੀ ਹਰੇ ਪੱਤੇ ਵਾਲੀ ਗੋਲੀ, ਹੈ ਨਾ, ਹਰੇ ਪੱਤੇ ਵਾਲੀ ਗੋਲੀ ਤਾਂ ਕਾਫੀ ਜ਼ਿਆਦਾ ਉਹ ਚੱਲਦੀ ਕਿ ਕੁਛ ਵੀ ਹੋ ਰਿਹਾ ਵਾ
ਉਹ ਦੇਖਣਾ ਪੈਂਦਾ ਹੁੰਦਾ। ਆਪਾਂ ਹੁਣ ਤੱਕ ਜਿਹੜੀਆਂ ਤੁਹਾਡੇ ਕੋਲ ਸਵਾਲ ਕੀਤੇ ਉਹ ਸਾਰੇ ਸਰੀਰਕ ਦੇ ਰਿਲੇਟਡ ਸੀ ਕਿ ਹਰ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੈ, ਚਾਹੇ ਉਹ ਸਕਿਨ ਐਲਰਜੀ ਹੋਵੇ, ਚਾਹੇ ਉਹ ਸਰਵਾਈਕਲ ਹੋਵੇ, ਚਾਹੇ ਉਹ ਬੋਨਸ ਦੀ ਪ੍ਰੋਬਲਮ ਹੋਵੇ, ਚਾਹੇ ਉਹ ਨਜ਼ਰ ਕਮਜ਼ੋਰ ਹੋਵੇ, ਚਾਹੇ ਉਹ ਹਾਈਟ ਦੀ ਹੋਵੇ, ਸਾਰੀਆਂ ਗੱਲਾਂ ਕੀਤੀਆਂ। ਲੇਕਿਨ ਹੁਣ ਮੈਂ ਕੁਝ ਕੁੜੀ ਮੁੰਡਿਆਂ ਦੇ ਮਤਲਬ ਇੱਕ ਵੱਖਰੇ ਤਰੀਕੇ ਨਾਲ ਗੱਲ ਕਰਨਾ ਚਾਹੂੰਗੀ। ਅਕਸਰ ਦੇਖਿਆ ਜਾਂਦਾ ਹੈ ਕਿ ਲੜਕੀਆਂ ਨੂੰ ਜਿਹੜਾ ਪੀਰੀਅਡਸ ਪ੍ਰੋਬਲਮ, ਜਿਹਨੂੰ ਆਪਾਂ ਗੁਪਤ ਰੋਗ ਵੀ ਕਹਿ ਦਿੰਦੇ ਹਾਂ, ਕਿ ਕੁੜੀਆਂ ਨੂੰ ਪੀਰੀਅਡਸ ਦੀ ਪ੍ਰੋਬਲਮ ਰਹਿੰਦੀ ਹੈ, ਜਾਂ ਤਾਂ ਪੀਰੀਅਡਸ ਬਹੁਤ ਜ਼ਿਆਦਾ ਆਉਂਦੇ ਨੇ, ਜਾਂ ਤਾਂ ਉਹਨਾਂ ਦਾ ਗੈਪ ਇੰਨਾ ਜ਼ਿਆਦਾ ਰਹਿੰਦਾ ਕਿ ਪੀਰੀਅਡਸ ਹਰ ਮੰਥ ਜਿਹੜੇ ਨਹੀਂ ਆਉਂਦੇ ਆ, ਫਿਰ ਗੈਪ ਨਾਲ ਆਉਂਦੇ, ਤਾਂ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਕਿ ਅੱਗੇ ਜਾ ਕੇ ਉਹਨਾਂ ਨੂੰ ਬੇਬੀ ਕੰਸੀਵ ਕਰਨ 'ਚ ਵੀ ਪ੍ਰੋਬਲਮ ਆਉਂਦੀ ਹੈ। ਅਤੇ ਇਸ ਡਰ ਤੋਂ ਜਿਹੜਾ ਹੈ ਕਾਫੀ ਦਵਾਈਆਂ ਵੀ ਉਹਨਾਂ ਦੇ ਵੱਲੋਂ ਖਾਲੀਆਂ ਜਾਂਦੀਆਂ ਨੇ ਡਾਕਟਰਸ ਦੇ ਕੋਲੋਂ ਲੈ ਕੇ, ਲੇਕਿਨ ਇਹ ਨਹੀਂ ਪਤਾ ਹੁੰਦਾ ਕਿ ਮੁੜ ਕੇ ਉਹ ਦਵਾਈਆਂ ਨੇ ਇਫੈਕਟ ਕਿੱਥੇ ਕਰਨਾ, ਜਾਂ ਕਿੱਦਾਂ ਇਫੈਕਟ ਹੋਵੇਗਾ ਉਹਨਾਂ ਨੂੰ, ਮੁੜ ਕੇ ਕਿਹੜੀ ਕਿਹੜੀ ਪ੍ਰੋਬਲਮਸ ਆਉਣਗੀਆਂ। ਆਯੁਰਵੈਦਿਕ ਦੇ ਵਿੱਚ ਹੈ ਇਹ ਗੁਪਤ ਰੋਗ ਦਾ ਕੋਈ ਇਲਾਜ, ਜਾਂ ਫਿਰ ਬਿਨਾਂ ਕਿਸੇ ਪ੍ਰੋਬਲਮ ਤੋਂ, ਬਿਨਾਂ ਕਿਸੇ ਸਾਈਡ ਇਫੈਕਟ ਤੋਂ? ਬਿਲਕੁਲ ਜੀ ਬਿਲਕੁਲ, ਆਯੁਰਵੇਦ ਦੇ ਵਿੱਚ ਹੈਗਾ, ਲੇਡੀਜ਼ ਰੋਗ ਹੋਣ ਚਾਹੇ ਬੱਚਿਆਂ ਦੇ ਰੋਗ ਹੋਣ ਚਾਹੇ ਗੁਪਤ ਰੋਗ ਮਰਦਾਂ ਦੇ ਹੋਣ, ਹਰ ਇੱਕ ਚੀਜ਼ ਦਾ ਇਲਾਜ ਹੈਗਾ ਆਯੁਰਵੇਦ ਵਿੱਚ ਸੰਭਵ। ਜਿਵੇਂ ਹੁਣ ਲੇਡੀਜ਼ ਨੂੰ ਤੁਸੀਂ ਗੱਲ ਕਰਕੇ ਹਟੇ ਹੋ ਵੀ ਸਫੇਦ ਪਾਣੀ ਦੀ ਸਮੱਸਿਆ ਪੈਣੀ ਹੈ, ਜਾਂ ਪੀਰੀਅਡ ਦੇ ਸਮੇਂ ਦਰਦ ਹੋਣਾ, ਜਾਂ ਰਸੌਲੀਆਂ ਬਣ ਜਾਂਦੀਆਂ, PCOD ਦੀ ਪ੍ਰੋਬਲਮ ਆ ਜਾਂਦੀ ਹੈ, ਰਸੌਲੀਆਂ ਪਾਣੀ ਵਾਲੀਆਂ ਹੋ ਗਈਆਂ, ਮਾਸ ਵਾਲੀਆਂ ਹੋ ਗਈਆਂ, ਇਹਦਾ ਆਯੁਰਵੇਦ 'ਚ ਇਲਾਜ ਹੈਗਾ। ਹੁਣ ਜਿਵੇਂ ਰਸੌਲੀਆਂ ਦੀ ਗੱਲ ਹੀ ਕਰ ਲਈਏ, ਰਸੌਲੀਆਂ ਦੇ ਵਿੱਚ ਬਾਤ ਗੁਲਮਾ, ਪਿੱਤ ਗੁਲਮਾ, ਕਫ ਗੁਲਮਾ, ਇਹ ਬਾਤ ਪਿੱਤ ਕਫ ਨਾਲ ਹੀ ਵਿਸ਼ਾ ਬਿਹਰ ਜੁੜ ਜਾਂਦਾ, ਉਹ ਦੇਖਣਾ ਪਊਗੀ ਰਸੌਲੀਆਂ ਬਾਤ ਰਹੀਆਂ, ਪਿੱਤ ਦੀਆਂ, ਕਫ ਦੀਆਂ। ਇੱਦਾਂ ਹੀ ਉਹਨਾਂ ਦਾ ਗੱਲ ਆ ਗਈ ਜਿਹੜੀ ਆਉਂਦੀ ਹੈ ਪੀਰੀਅਡ ਦੀ, ਉਹ ਵੀ ਦੇਖਣਾ ਪੈਣਾ ਵੀ ਕਈ ਵਾਰ ਲੇਡੀਜ਼ ਨੂੰ ਧਰਨ ਜ਼ਿਆਦਾ ਪੈਂਦੀ ਹੁੰਦੀ ਹੈ, ਵੀ ਧਰਨ ਦੀ ਵਜ੍ਹਾ ਕਰਕੇ ਵੀ ਉਹਦੀਆਂ ਜਿਹੜੀਆਂ ਆਪਣੇ ਪੀਰੀਅਡ ਦੇ ਡਿਸਆਰਡਰ ਚੱਲਦੇ ਰਹਿੰਦੇ ਆ, ਉਹ ਦੇਖਣਾ ਪੈਂਦਾ ਵੀ ਉਹਦਾ ਕੰਮ ਕਾਰ ਕਿੱਦਾਂ ਦਾ, ਮਤਲਬ ਉਹਦੀ ਡਾਇਟ ਕਿੱਦਾਂ ਦੀ, ਉਹ ਸਾਰਾ ਸੁਧਾਰਨਾ ਪੈਂਦਾ। ਆਯੁਰਵੇਦ ਵਿੱਚ ਹੱਲ ਹੈਗਾ, ਚਾਹੇ ਸਫੇਦ ਪਾਣੀ ਸਮੱਸਿਆ ਹੋਵੇ, ਚਾਹੇ ਲਕੋਰੀਆ ਹੋਵੇ, ਚਾਹੇ ਉਹਨਾਂ ਨੂੰ ਮਤਲਬ ਪੀਰੀਅਡ ਨਾ ਆਉਂਦੇ ਹੋਣ, ਬੱਚਾ ਕੰਸੀਵ ਨਾ ਹੁੰਦਾ, ਵੀ ਹਰ ਇੱਕ ਇਲਾਜ ਸੰਭਵ ਹੈਗਾ ਆਯੁਰਵੇਦ ਦੇ ਵਿੱਚ। ਨਾਲ ਨਾਲ ਉਹਦੀ ਡਾਇਟ ਚੇਂਜ ਕਰਨੀ ਪੈਂਦੀ ਹੁੰਦੀ ਹੈ, ਉਹਦੇ ਭੋਜਨ ਦਾ, ਮਤਲਬ ਉਹਦੇ ਚਿਹਰੇ ਤੋਂ ਪਤਾ ਲੱਗਦਾ, ਉਹਦੇ ਜੀਭ ਤੋਂ, ਉਹਦੇ ਨਹੁੰਾਂ ਤੋਂ, ਉਹਦੀਆਂ ਅੱਖਾਂ ਤੋਂ, ਵੀ ਉਹਨੂੰ ਪ੍ਰਕਿਰਤੀ ਕਿਹੜੀ ਹੈ, ਕਿੱਦਾਂ ਦੀ ਦਵਾਈ ਇਹਨੂੰ ਸੂਟ ਕਰੀ, ਜਾਂ ਕਿੱਦਾਂ ਦਾ ਭੋਜਨ ਇਹਨੂੰ ਸੈੱਟ ਰਹੇਗਾ। ਅਤੇ ਹੁਣ ਤੱਕ ਆਪਾਂ ਜਿੰਨੀਆਂ ਪ੍ਰੋਬਲਮਸ ਦੀ ਗੱਲ ਕੀਤੀ, ਇੱਕ ਸਰੀਰਕ ਬਹੁਤ ਜ਼ਰੂਰੀ ਸੀ ਇਹ ਪ੍ਰੋਬਲਮਸ, ਕਿਉਂਕਿ ਅੱਜ ਕੱਲ੍ਹ ਇਹ ਚੀਜ਼ਾਂ ਹਰ ਕਿਸੇ ਨੂੰ ਪ੍ਰੋਬਲਮ ਦੇਖਣੀਆਂ ਪੈਂਦੀਆਂ ਹੈ, ਕਿਉਂਕਿ ਅੱਜ ਕੱਲ੍ਹ ਉਹੀ ਚੀਜ਼ ਆਪਾਂ ਕਹਿੰਦੇ ਹਾਂ ਖਾਣ ਪੀਣ ਉੱਦਾਂ ਦਾ, ਇੱਕ ਤਾਂ ਕਿ ਕੋਈ ਆਪਣੇ ਸਰੀਰ ਦਾ ਨਹੀਂ ਧਿਆਨ ਰੱਖਦਾ, ਲੇਕਿਨ ਮੁੜ ਕੇ ਦਵਾਈਆਂ ਵੱਲ ਭੱਜਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਜਿੰਨੇ ਮੈਂ ਤੁਹਾਡੇ ਤੋਂ ਸਵਾਲ ਪੁੱਛੇ, ਜਿੰਨੀਆਂ ਬਿਮਾਰੀਆਂ ਦੀਆਂ ਆਪਾਂ ਜਾਣਕਾਰੀ ਆਪਣੀ ਆਡੀਅੰਸ ਤੱਕ ਆਪਾਂ ਸਾਂਝੀ ਕੀਤੀ, ਇਸ ਤੋਂ ਇਲਾਵਾ ਕੋਈ ਹੋਰ ਇੱਦਾਂ ਦੀ ਬਿਮਾਰੀਆਂ ਹੋਣ ਜਿਹਨਾਂ ਤੁਸੀਂ ਇਲਾਜ ਕਰਦੇ ਹੋ, ਅਤੇ ਉਹਨਾਂ ਦਾ ਆਯੁਰਵੈਦਿਕ ਦੇ ਵਿੱਚ ਬਹੁਤ ਚੰਗੇ ਤਰੀਕੇ ਦਾ ਇਲਾਜ ਹੈ, ਜਿਹੜੇ ਲੋਕ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਜਾਂ ਫਿਰ ਓਪਨ ਹਸਪੀਟਲ ਜਾ ਕੇ ਲੱਖਾਂ ਰੁਪਏ ਖਰਚ ਕਰਦੇ, ਲੇਕਿਨ ਆਯੁਰਵੈਦਿਕ ਵਿੱਚ ਇਲਾਜ ਹੋਵੇਗਾ, ਤੁਸੀਂ ਕੁਝ ਦੱਸ ਸਕਦੇ ਹੋ ਉਹਦੇ ਬਾਰੇ? ਆਯੁਰਵੇਦ ਦੇ ਵਿੱਚ ਨਾ ਮਤਲਬ ਕਿਸੇ ਚੀਜ਼ ਦਾ ਬੰਦਾ ਸਪੈਸ਼ਲਿਸਟ ਨਹੀਂ ਹੁੰਦਾ, ਜਿਹਨੂੰ ਮਾਹਰ ਕਹਿੰਦੇ ਆ, ਵੀ ਇੱਕ ਚੀਜ਼ ਦਾ ਹੀ ਮਾਹਰ ਆ, ਇੱਕ ਨੁਸਖਾ ਉਹਦੇ ਕੋਲ ਹੋ ਸਕਦਾ, ਉਹ ਵੱਖਰੀ ਗੱਲ ਆ, ਵੀ ਇੱਕ ਨੁਸਖਾ ਉਹਦੇ ਕੰਮ ਕਰ ਰਿਹਾ। ਪਰ ਆਯੁਰਵੇਦ ਦਾ ਸਿਧਾਂਤ ਤੁਹਾਨੂੰ ਕਹਿੰਦੇ ਪਹਿਲਾਂ ਕਹਿਣਾ ਵੀ ਮੈਂ ਇਹ ਚੱਲਦਾ ਬਾਤ ਪਿੱਤ ਕਫ ਦੇ ਨਾਲ, ਵੀ ਉਹ ਵੈਦ ਨੇ ਦੇਖਣਾ ਬਾਤ ਆ ਪਿੱਤ ਆ ਕਫ ਆ, ਆਯੁਰਵੇਦ ਉਹਦੇ ਮੁਤਾਬਕ ਚੱਲਦਾ, ਉਹਦੇ ਮੁਤਾਬਕ ਉਹਦੇ ਰੋਗ ਹੱਲ ਕੀਤੇ ਜਾਂਦੇ ਆ, ਵੀ ਆਹ ਪ੍ਰਕਿਰਤੀ ਉਹਦੀ ਆ, ਉਹ ਵੈਦ ਨੂੰ ਮਿਲ ਕੇ ਹੀ ਹੱਲ ਹੋਊ, ਜ਼ਰੂਰੀ ਨਹੀਂ ਵੀ ਤੁਸੀਂ ਮੇਰੇ ਕੋਲ ਆਉਣਾ, ਜੇ ਤੁਸੀਂ ਨੇੜੇ ਆਪਣੇ ਵੈਦ ਨੂੰ ਕਿਸੇ ਨੂੰ ਜਾਣਦੇ ਆ ਉੱਥੇ ਮਿਲ ਸਕਦੇ ਆ, ਨਹੀਂ ਤੁਸੀਂ ਮੈਨੂੰ ਮਿਲ ਕੇ ਮਿਲ ਸਕਦੇ ਹੋ ਬੁੱਧਵਾਰ ਜਾਂ ਐਤਵਾਰ, ਇੱਥੇ ਮੈਂ ਬੈਠਦਾ ਸਾਰਨ ਪੇਸ਼ੈਂਟ ਦੇਖਦੇ ਹਾਂ ਅਸੀਂ ਬੁੱਧਵਾਰ ਐਤਵਾਰ ਨੂੰ, ਔਰ ਉਹੀ ਇਲਾਜ ਕਰੀਦਾ ਜਿਹੜਾ ਆਪਣੇ ਮਤਲਬ ਧਿਆਨ ਦੇ ਵਿੱਚ ਹੈਗਾ। ਜੇ ਮੈਨੂੰ ਨਹੀਂ ਧਿਆਨ 'ਚ ਤਾਂ ਮੈਂ ਪੇਸ਼ੈਂਟ ਨੂੰ ਜਵਾਬ ਦੇ ਦਿੰਦਾ, ਕਿਉਂਕਿ ਨਾ ਮੇਰਾ ਟਾਈਮ ਵੇਸਟ ਹੋਵੇ, ਨਾ ਉਹਦਾ, ਦੋ ਪੈਸਾ ਨਹੀਂ ਖਾਤਰ, ਨਾ ਤਾਂ ਮੈਂ ਖਿਲਵਾੜ ਕਰਨਾ ਕਿਸੇ ਨਾਲ, ਨਾ ਕੀਤਾ। ਅਤੇ ਅਕਸਰ ਦੇਖਿਆ ਜਾਂਦਾ ਡਾਕਟਰਸ ਕੋਲ ਆਪਾਂ ਦਵਾਈ ਲੈਣ ਜਾਂਦੇ ਹਾਂ, ਸਭ ਤੋਂ ਪਹਿਲਾਂ ਉਹ ਆਪਣਾ ਚੈੱਕਅਪ ਕਰਨ ਤੋਂ ਬਾਅਦ ਟੈਸਟ ਕਰਵਾਉਂਦੇ ਨੇ ਕਿ ਤੁਸੀਂ ਆਹ ਟੈਸਟ ਕਰਵਾ ਲਓ ਜਾਂ ਫਿਰ ਆਹ ਵਾਲਾ ਐਕਸਰੇ ਕਰਵਾ ਲਓ। ਸੋ ਤੁਹਾਡੇ ਕੋਲ ਕੋਈ ਆਉਂਦਾ ਤਾਂ ਤੁਹਾਡਾ ਸ਼ੁਰੂਆਤੀ ਇਲਾਜ ਕਿਵੇਂ ਸ਼ੁਰੂ ਹੁੰਦਾ, ਯਾਨੀ ਕਿ ਕਿਸੇ ਦਾ ਰੋਗ ਫੜਨਾ ਹੋਵੇ, ਕਿਹਨੂੰ ਕਿਹੜਾ ਰੋਗ ਹੈ, ਕਿਵੇਂ ਤੁਸੀਂ ਉਹ ਚੀਜ਼ਾਂ ਮਤਲਬ ਦੇਖਦੇ ਹੋ? ਉਹ ਅਸੀਂ ਦੇਖਦੇ ਹਾਂ ਪ੍ਰਕਿਰਤੀ ਤੋਂ, ਜਿਵੇਂ ਆਪਾਂ ਕਹਿ ਦਈਏ ਨਬਜ਼ ਤੋਂ, ਮਤਲਬ ਪੇਸ਼ੈਂਟ ਕੋਈ ਖਾਲੀ ਪੇਟ ਆਉਂਦਾ, ਉਹਦੀ ਨਬਜ਼ ਦੇਖੀ ਜਾਂਦੀ, ਉਹਦੀ ਗਤੀ ਵੇਖੀ ਜਾਂਦੀ ਹੈ ਨਬਜ਼ ਦੇਖ ਕੇ, ਫਿਰ ਉਹਦੀ ਪ੍ਰਕਿਰਤੀ ਦੇ ਲੱਛਣ, ਬਾਤ ਆ ਪਿੱਤ ਆ ਕਫ ਆ, ਪਿੱਤ ਵਿੱਚ ਕੀ ਕਿੱਦਾਂ ਦੇ ਰੋਗ ਆਉਂਦੇ ਆ, ਬਾਤ ਵਿੱਚ ਕਿੱਦਾਂ ਦੇ ਆਉਂਦੇ ਆ, ਕਫ ਦੇ ਵਿੱਚ ਕਿੱਦਾਂ ਦੇ ਆਉਂਦੇ ਆ, ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਚੱਲਦਾ। ਜੇ ਕੋਈ ਕਰੋਨਿਕ ਰੋਗ ਆ ਤਾਂ ਨਬਜ਼ ਦੇਖਦੇ ਹਾਂ, ਜੇ ਕੋਈ ਨਹੀਂ ਕਰੋਨਿਕ ਰੋਗ ਤਾਂ ਉੱਦਾਂ ਵੀ ਦਵਾਈ ਉਹਦੇ ਦੱਸੇ ਮੁਤਾਬਕ ਦੇ ਦਿੰਦੇ ਹਾਂ। ਕਈ ਵਾਰ ਹੁਣ ਦੋਨੇ ਚੀਜ਼ਾਂ ਹੁੰਦੀਆਂ, ਵੀ ਨਬਜ਼ ਵੀ ਦੇਖ ਲਈ ਪਰ ਫਿਰ ਵੀ ਕਿੱਦਾਂ ਕਿਤੇ ਸਮਝ ਨਹੀਂ ਆਉਂਦਾ, ਜਿਵੇਂ ਰਸੌਲੀਆਂ ਜਾਂ ਲਿਵਰ ਦਾ ਫੈਟੀ ਹੋਣਾ ਜਾਂ ਹੋਰ ਚੀਜ਼ਾਂ ਹੋ ਗਈਆਂ, ਪੱਥਰੇ ਗੁਰਦੇ 'ਚ ਪੱਥਰੀ ਹੋਊਗੀ, ਪਿੱਤੇ 'ਚ ਪੱਥਰੀ ਹੋਊਗੀ, ਉਹ ਤਾਂ ਆਪਾਂ ਨੂੰ ਅਲਟਰਾਸਾਊਂਡ ਤੋਂ ਹੀ ਪਤਾ ਲੱਗੇਗਾ। ਕੁਝ ਟੈਸਟ ਜ਼ਰੂਰੀ ਵੀ ਨੇ, ਇਹ ਨਹੀਂ ਗੱਲ ਵੀ ਸਾਰੇ ਨਬਜ਼ ਤੋਂ ਹੀ ਪਤਾ ਲੱਗੂ, ਜਿੱਥੇ ਨਬਜ਼ ਦੀ ਜ਼ਰੂਰਤ ਆ ਨਬਜ਼ ਦੇਖੀ ਜਾਂਦੀ, ਜਿੱਥੇ ਟੈਸਟ ਦੀ ਜ਼ਰੂਰਤ ਆ ਬਾਹਰੋਂ ਆਪਾਂ ਨੂੰ ਉਹ ਸੌਖਾ ਹੋ ਜਾਂਦਾ, ਉਹ ਉਹਦੀ ਆਪਾਂ ਹੈਲਪ ਜ਼ਰੂਰ ਲੈਂਦੇ ਨਾਲ। ਅਤੇ
ਖਿਲਵਾੜ ਨਹੀਂ ਕਰਨਾ, ਨਾ ਐਲੋਪੈਥੀ ਵਰਤੀ ਹੈ, ਨਸ਼ਾ ਕੋਈ ਵਰਤਿਆ, ਨਾ ਕੋਈ ਵਰਤਣਾ। ਨੈਚੁਰਲ ਜੋ ਟ੍ਰੀਟਮੈਂਟ ਹੁੰਦਾ ਉਹੀ ਉਹੀ ਕਰੀਦਾ, ਤਕਰੀਬਨ ਤੋਂ ਤਕਰੀਬਨ ਜਿੰਨਾ ਅੱਜ ਤੱਕ ਪ੍ਰੈਕਟਿਸ ਕੀਤੀ ਹੈ, ਨਾ ਇਹਦੇ ਨਾਲ ਆਪਾਂ ਕੰਮ ਕਰਨਾ ਹੀ ਹੈ। ਜਿੰਨੇ ਬਾਹਰੋਂ ਬਹੁਤੇ ਹੁਣ ਪਰਸਨ ਆਉਂਦੇ ਕਿਵੇਂ ਟਾਈਪ ਕਰਦੇ ਆ, ਉਹਨਾਂ ਦੀ ਮੈਂ ਫੋਟੋ ਮੰਗਾਉਣਾ, ਅੱਖਾਂ ਦੀ, ਜੀਭ ਦੀ, ਨਹੁੰ ਦੀ, ਫਿਰ ਉਹਨਾਂ ਦੇ ਮੁਤਾਬਕ ਉਹਨਾਂ ਦੀ ਦੱਸਦੇ ਵੀ ਆਹ ਤੁਹਾਨੂੰ ਪ੍ਰੋਬਲਮ ਆ, ਇਹਦੇ ਮੁਤਾਬਕ ਟ੍ਰੀਟਮੈਂਟ ਬਣੇਗਾ। ਮੈਂ ਤੁਹਾਡੇ ਕੋਲ ਸਵਾਲ ਕਰਨ ਹੀ ਲੱਗੀ ਸੀ ਕਿ ਤੁਸੀਂ ਕਿਹਾ ਵਾ ਜਿਹੜੇ ਸਾਡੇ ਤੋਂ ਇੱਥੇ ਪੇਸ਼ੈਂਟਸ ਆਉਂਦੇ ਆ ਉਹਨਾਂ ਦੀ ਆ ਤਾਂ ਅਸੀਂ ਨਰਵਸ ਫੜ ਕੇ ਰੋਗ ਦੇਖੀਦਾ, ਹੈ ਨਾ, ਲੇਕਿਨ ਜਿਹੜੇ ਬੈਠੇ ਹੀ ਬਾਹਰ ਹੋਏ ਆ ਵਿਦੇਸ਼ ਤੋਂ, ਉਹਨਾਂ ਨੇ ਇੱਥੇ ਤੁਹਾਡੇ ਕੁਰੀਅਰ ਕਰਵਾਉਣੀ ਹੋਵੇ, ਪਾਰਸਲ ਕਰਵਾਉਣੀ ਹੋਵੇ, ਤਾਂ ਫਿਰ ਉਹ ਤੁਹਾਡੇ ਤੋਂ ਕਿਵੇਂ ਆਪਣੀ ਪ੍ਰੋਬਲਮ ਦੇਖ ਦਿਖਾ ਸਕਦੇ ਆ, ਫਿਰ ਤੁਹਾਨੂੰ ਕਿਵੇਂ ਪਤਾ ਲੱਗੇ? ਉਹ ਨਾ ਮੈਂ ਉਹੀ ਵੀ ਦੱਸਣਾ, ਤਾਂ ਉਹਨਾਂ ਦੀ ਮੈਂ ਖਾਲੀ ਪੇਟ ਜੀਵ ਦੀ ਫੋਟੋ ਅੱਖਾਂ ਦੀ, ਨਹੁੰ ਦੀ ਉਹ ਮੰਗਾਈ ਦੀ ਹੈ, ਉਹਦੇ ਮੁਤਾਬਕ ਉਹਨਾਂ ਦੱਸੀ ਹੈ ਵੀ ਤੁਹਾਨੂੰ ਆਹ ਇੱਦਾਂ ਦੀ ਪ੍ਰਕਿਰਤੀ ਹੈ, ਤੁਹਾਡੀ ਆਹ ਰੋਗ ਆ, ਜੇ ਤਾਂ ਪੇਸ਼ੈਂਟ ਕਹਿੰਦਾ ਵੀ ਆਹ ਰੋਗ ਮੈਨੂੰ ਹੈਗਾ, ਫਿਰ ਤੁਹਾਨੂੰ ਦਵਾਈ ਭੇਜੀ ਦੀ, ਜੇ ਉਹ ਕਹਿੰਦਾ ਨਹੀਂ ਫਿਰ ਨਹੀਂ ਭੇਜੀ ਦੀ ਉਹਨੂੰ, ਕਿਉਂਕਿ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਰੋਗ ਕੀ ਆ, ਫਿਰ ਉਹਦਾ ਨਾ ਉਹਦਾ ਟਾਈਮ ਵੇਸਟ ਹੋਵੇ, ਨਾ ਟਾਈਮ ਵੇਸਟ ਮੇਰਾ ਹੋਵੇ। ਆਖਰੀ ਕੁਐਸਚਨ ਹੈ ਮੇਰਾ ਤੁਹਾਡੇ ਤੋਂ, ਸਵਾਲ ਹੈ ਕਿ ਇੱਕ ਆਖਿਰ ਦੇ ਵਿੱਚ ਆਮ ਲੋਕਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਬਿਮਾਰੀਆਂ ਵੱਧ ਰਹੀਆਂ ਨੇ, ਸਰੀਰਕ ਰੋਗ ਵੱਧ ਰਹੇ ਨੇ, ਅਤੇ ਦਵਾਈਆਂ ਦਾ ਅਸਰ ਜਿਹੜਾ ਅੱਜ ਕੱਲ੍ਹ ਦੇਖਿਆ ਜਾਂਦਾ ਉਹ ਕਿਤੇ ਨਾ ਕਿਤੇ ਪੁੱਠਾ ਹੀ ਬਾਅਦ ਵਿੱਚ ਦੇਖਣ ਨੂੰ ਮਿਲਦਾ, ਪਹਿਲਾਂ ਦਵਾਈਆਂ ਲੈ ਲੈਂਦੇ ਹਾਂ ਥੋੜ੍ਹੇ ਟਾਈਮ ਵਾਸਤੇ ਫਰਕ ਵੀ ਪੈ ਜਾਂਦਾ, ਲੇਕਿਨ ਉਸ ਤੋਂ ਬਾਅਦ ਪੁੱਠਾ ਅਸਰ ਫਿਰ ਸਰੀਰ 'ਤੇ ਹੀ ਪੈਂਦਾ, ਸੋ ਕੀ ਆਮ ਲੋਕਾਂ ਨੂੰ ਤੁਸੀਂ ਅਪੀਲ ਕਰਦੇ ਹੋ ਜਾਂ ਫਿਰ ਕੀ ਉਹਨਾਂ ਨੂੰ ਇੱਕ ਰਾਏ ਦੇਣਾ ਚਾਹੋਗੇ ਆਪਣੇ ਸਰੀਰ ਨੂੰ, ਸਿਹਤ ਨੂੰ ਠੀਕ ਰੱਖਣ ਵਾਸਤੇ? ਮੇਰੀ ਸਲਾਹ ਤਾਂ ਇਹੀ ਹੈ ਜੀ, ਡਾਕਟਰ ਜਾਂ ਵੈਦ ਤੋਂ ਬਿਨਾਂ ਦਵਾਈਆਂ ਨਾ ਲਓ। ਬਹੁਤੀਆਂ ਦਵਾਈਆਂ ਅਸੀਂ ਦੇਖਦੇ ਹਾਂ ਜਿਵੇਂ ਸ਼ੂਗਰ ਦੀ ਦਵਾਈ ਕਹਿ ਦੇ ਗਏ, ਜਿਹੜੀ 2 ਕਲਰ ਦੀ ਰੰਗੀ ਗੋਲੀ ਆਉਂਦੀ ਹੈ, ਪਹਿਲਾਂ ਡਾਕਟਰ ਦੀ ਸਲਾਹ ਨਾਲ ਲੈ ਲਈ, ਫਿਰ ਮਗਰੋਂ ਭਾਵ ਦੀ ਸਲਾਹ ਨਾਲ ਲਈ, ਬਿਨਾਂ ਗੱਲ ਤੋਂ ਲਈ ਜੀ ਨਾ ਪੇਨ ਕਿਲਰ ਆ ਕੋਈ, ਉਹ ਆਪਣੀ ਸਲਾਹ ਨਾਲ ਡਾਕਟਰ ਦਿਆਂ ਵੈਦ ਦੀ ਸਲਾਹ ਨਾਲ ਦਵਾਈ ਲਈਏ, ਅਤੇ ਨਾਲ ਨਾਲ ਆਪਣਾ ਭੋਜਨ, ਜਿਹੜਾ ਜ਼ਿਆਦਾਤਰ ਭੋਜਨ ਨੂੰ ਜ਼ਰੂਰ ਧਿਆਨ 'ਚ ਰੱਖੀਏ ਵੀ ਭੋਜਨ ਆਪਦਾ ਜ਼ਰੂਰ ਸੁਧਾਰੀਏ, ਕਿਤਨਾ ਕਿਤੇ ਜਦੋਂ ਬਾਹਰੋਂ ਅੰਦਰ ਜਾਂਦੇ ਹਾਂ ਆਪਦਾ ਭੋਜਨ ਕੋਸ਼ਿਸ਼ ਕਰੋ ਵੀ ਸਾਦਾ ਖਾਧਾ ਜਾਵੇ, ਜ਼ਿਆਦਾ ਫਾਸਟ ਫੂਡ ਜਾਂ ਜ਼ਿਆਦਾ ਕੈਮੀਕਲ ਭਰਿਆ ਭੋਜਨ ਨਾ ਖਾਧਾ ਜਾਵੇ, ਡੈੱਡ ਫੂਡ ਨਾ ਖਾਧਾ ਜਾਵੇ, ਨੈਚੁਰਲ ਫੂਡ ਜ਼ਿਆਦਾ ਖਾਧਾ ਜਾਵੇ, ਜਿੰਨਾ ਹੋ ਸਕੇ ਹੁਣ ਮੌਸਮੀ ਸਬਜ਼ੀਆਂ ਆ ਰਹੀਆਂ ਇਸ ਟਾਈਮ, ਸਬਜ਼ੀ ਵਿੱਚ ਕੱਦੂ ਕਰੇਲਾ ਕੱਦੂ ਪਿਆ, ਚੱਪਣ ਕੱਦੂ ਪਿਆ, ਜਦ ਕਿ ਹੁਣ ਤਾਂ ਜ਼ਮੀਨ ਵਿਹਲੀ ਹੋਣੀ ਆ, ਹੁਣ ਬੀਜੇ ਨੇ 20 ਦਿਨਾਂ ਨੂੰ, ਮਹੀਨੇ ਨੂੰ ਆਉਣੇ ਆ, ਅਤੇ ਮਹੀਨਾ ਇਹਨਾਂ ਨੂੰ ਆਉਂਦਿਆਂ ਨੂੰ ਹੋ ਗਿਆ, ਅਤੇ ਉਹ ਜਿਹੜੇ ਬਿਮਾਰ ਰੋਗੀ ਖਾਣਗੇ ਲਿਵਰ ਫੈਟੀ ਦੇ ਜਾਂ ਹੋਰ, ਉਹ ਬਿਮਾਰ ਹੀ ਹੋਣਗੇ। ਭੋਜਨ ਜ਼ਰੂਰ, ਮੇਰੇ ਸਾਰਿਆਂ ਨੂੰ ਵੀ ਬੇਨਤੀ ਹੈ, ਮੇਰੇ ਜਿੰਨੇ ਦਰਸ਼ਕ ਸੁਣ ਰਹੇ ਨੇ ਵੀ ਭੋਜਨ ਆਪਣਾ ਜ਼ਰੂਰ, ਭਾਈ ਸੰਗਤ ਜੀ ਭੋਜਨ ਜ਼ਰੂਰ ਸੁਧਾਰੋ, ਜੇ ਭੋਜਨ ਸੁਧਾਰੋਗੇ ਤਾਂ ਦਵਾਈਆਂ ਹੈਲਪ ਕਰਦੀਆਂ, ਨਾ ਕਿ ਇਕੱਲੀਆਂ ਦਵਾਈਆਂ, ਕਿਉਂਕਿ ਇੱਧਰੋਂ ਦਵਾਈ ਵੀ ਚੱਲੀ ਜਾਵੇ, ਇੱਧਰੋਂ ਬਰਗਰ ਚੱਲੀ ਜਾਣ, ਸਮੋਸੇ ਚੱਲੀ ਜਾਣ, ਇਹ ਵੀ ਕੋਈ ਜ਼ਰੂਰੀ ਨਹੀਂ। ਹਾਂ, ਜਿੱਥੇ ਤੁਹਾਡਾ ਕੋਈ ਨਹੀਂ ਸਰਦਾ, ਕੋਈ ਪਾਰਟੀ ਆ, ਫੰਕਸ਼ਨ ਆ, ਖਾਓ ਭਾਈ, ਖਾਣ ਵਾਸਤੇ ਚੀਜ਼ਾਂ ਬਣੀਆਂ, ਪਰ ਧਿਆਨ ਦੇ ਵਿੱਚ ਰੱਖ ਕੇ, ਇਹ ਨਹੀਂ ਵੀ ਤੁਸੀਂ ਸਾਰਾ ਦਿਨ ਵੀ ਕੁਛ ਨਹੀਂ ਹੁੰਦਾ, ਮੈਨੂੰ ਕੀ ਹੁੰਦਾ, ਮੈਨੂੰ ਆਹ ਗੱਲ ਕਹਿੰਦੇ ਕਹਿੰਦੇ ਬਹੁਤੇ ਲੋਕਾਂ ਨੇ ਆਪਣੀ ਜ਼ਿੰਦਗੀ ਗਵਾ ਲਈ, ਕੋਈ ਧਰੰਗ ਨਾ ਪਿਆ, ਕੋਈ ਲੱਕਬੇ ਨਾ ਪਿਆ, ਕੋਈ ਸ਼ੂਗਰ ਨਾ ਪਿਆ, ਵੀ ਮੈਨੂੰ ਕੀ ਹੁੰਦਾ, ਮੈਨੂੰ ਕੀ ਹੁੰਦਾ, ਕਰਦੇ 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 ਮੰਜਿਆਂ ਜੁੜੇ ਪਏ ਆ, ਇਹ ਜ਼ਰੂਰ ਸਾਨੂੰ ਧਿਆਨ 'ਚ ਰੱਖਣਾ ਪੈਣਾ ਭੋਜਨ। ਸੋ ਇਸ ਤਰੀਕੇ ਨਾਲ ਖਾਣ ਪੀਣ ਦੀ ਜਿਹੜਾ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਲੋੜ ਹੈ, ਜ਼ਰੂਰਤ ਹੈ ਕਿ ਆਪਾਂ ਧਿਆਨ ਦੇਈਏ ਕਿ ਆਖਿਰ ਅਸੀਂ ਖਾ ਪੀ ਕੀ ਰਹੇ ਹਾਂ, ਇਕੱਲੇ ਦਵਾਈਆਂ ਦੇ ਨਾਲ, ਜਿਵੇਂ ਕਿ ਸਾਨੂੰ ਵੈਦ ਗੁਰਮੇਲ ਸਿੰਘ ਜੀ ਨੇ ਦੱਸਿਆ ਹੈ ਕਿ ਇਕੱਲੇ ਦਵਾਈਆਂ ਦੇ ਨਾਲ ਅਸਰ ਨਹੀਂ ਹੋਣਾ ਹੈ, ਇੱਕ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਆਪਣਾ ਖਾਣ ਪੀਣ ਬਹੁਤ ਜ਼ਿਆਦਾ ਸਹੀ ਕਰਨਾ ਚਾਹੀਦਾ ਹੈ। ਫਤਿਹ ਹੈਲਥ ਕੇਅਰ ਸੈਂਟਰ ਦੇ ਵੱਲੋਂ ਜਿਹੜਾ ਆਮ ਲੋਕਾਂ ਨੂੰ ਹੁਣ ਅਪੀਲ ਵੀ ਕਰ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਰੋਗ ਜਿਹੜੇ ਨੇ ਲੋਕਾਂ ਦੇ ਵਿੱਚ ਵੱਧਦੇ ਹੋਏ ਨਜ਼ਰ ਆ ਰਹੇ ਨੇ, ਲੇਕਿਨ ਬਾਅਦ ਵਿੱਚ ਉਹਦਾ ਪ੍ਰਭਾਵ ਦਵਾਈਆਂ ਰਾਹੀਂ ਕੀ ਪੈਂਦਾ ਹੈ, ਇਹ ਲੋਕਾਂ ਨੂੰ ਹੀ ਦੇਖਣਾ ਪੈਂਦਾ। ਲੇਕਿਨ ਇਸ ਦੇ ਨਾਲ ਇਹ ਵੀ ਦੇਖਿਆ ਜਾ ਰਿਹਾ ਕਿ ਆਸ ਪਾਸ ਦੇ ਲੋਕਾਂ ਵਿੱਚ ਕੀ ਹਸਪਤਾਲ ਵਿੱਚ ਜਿਹੜੇ ਵੱਡੇ ਵੱਡੇ ਹੋਸਪਿਟਲਸ ਲੋਕ ਜਾਂਦੇ ਨੇ, ਦਵਾਈਆਂ ਲੈਂਦੇ ਨੇ, ਮੁੜ ਕੇ ਉਹ ਦਵਾਈਆਂ ਕਿਤੇ ਨਾ ਕਿਤੇ ਆਪਣੇ ਸਰੀਰ ਨੂੰ ਇਫੈਕਟ ਕਰਦੀਆਂ ਨੇ, ਬਿਮਾਰੀਆਂ ਦੇ ਰੋਗ ਹੋਰ ਜ਼ਿਆਦਾ ਵੱਧਦੇ ਨੇ। ਲੇਕਿਨ ਆਯੁਰਵੈਦਿਕ ਢੰਗ ਦੇ ਨਾਲ ਜੇਕਰ ਕਿਸੇ ਵੀ ਬਿਮਾਰੀ ਦਾ ਇਲਾਜ ਕੀਤਾ ਜਾ ਸਕੇ ਤਾਂ ਉਹ ਜਿਹੜੀ ਵੀ ਬਿਮਾਰੀਆਂ ਹੁੰਦੀਆਂ ਉਹਨਾਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ। ਲੇਕਿਨ ਬਿਮਾਰੀਆਂ ਠੀਕ ਕਰਨ ਦੇ ਨਾਲ ਨਾਲ ਆਯੁਰਵੈਦਿਕ ਢੰਗ ਦੇ ਨਾਲ ਨਾਲ ਤੁਸੀਂ ਆਪਣੇ ਖਾਣ ਪੀਣ 'ਤੇ ਵੀ ਜਿਹੜਾ ਜ਼ਰੂਰ ਧਿਆਨ ਰੱਖ ਸਕਦੇ ਹੋ, ਅਤੇ ਇਹਨਾਂ ਆਯੁਰਵੈਦਿਕ ਢੰਗ ਵਾਸਤੇ ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ, ਕੋਈ ਵੀ ਬਿਮਾਰੀ ਨੂੰ ਠੀਕ ਕਰਨ ਵਾਸਤੇ ਤੁਸੀਂ ਇੱਕ ਵਾਰ ਫਤਿਹ ਹੈਲਥ ਕੇਅਰ ਸੈਂਟਰ ਜ਼ਰੂਰ ਵਿਜ਼ਿਟ ਕਰ ਸਕਦੇ ਹੋ, ਤਾਂ ਜੋ ਆਯੁਰਵੈਦਿਕ ਤਰੀਕੇ ਦੇ ਨਾਲ ਆਪਣੇ ਤੁਸੀਂ ਸਿਹਤ ਨੂੰ ਬਿਲਕੁਲ ਠੀਕ ਰੱਖ ਸਕੋ।